ਪਹਿਰੇਦਾਰ ਟੀਵੀ ਦੇਖ ਰਹੇ ਸਤਿਕਾਰਯੋਗ ਦਰਸ਼ਕ ਵੀਰੋ, ਭੈਣੋ ਅਤੇ ਪਿਆਰੇ ਬੱਚਿਓ, ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਾਂ ਤੁਹਾਡੇ ਸਨਮੁੱਖ ਅੱਜ ਦਾ ਪ੍ਰੋਗਰਾਮ ਮੁੱਦੇ ਦੀ ਗੱਲ ਲੈ ਕੇ। ਜਿਵੇਂ ਤੁਸੀਂ ਜਾਣਦੇ ਹੋ, ਜਿਵੇਂ ਤੁਸੀਂ ਰੋਜ਼ਾਨਾ ਦੇਖਦੇ ਹੋ, ਸੁਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਉਹਨਾਂ ਗੁੱਝੇ ਭੇਦਾਂ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਜਿਹੜੇ ਬਹੁਤ ਸਾਰੀਆਂ ਖਬਰਾਂ ਦੇ ਪਰਦੇ ਪਿੱਛੇ ਰਹਿੰਦੇ ਨੇ, ਅਤੇ ਅਸੀਂ ਉਹ ਸਮੱਸਿਆਵਾਂ ਵੀ ਰੋਜ਼ਾਨਾ ਤੁਹਾਡੇ ਸਾਹਮਣੇ ਉਜਾਗਰ ਕਰਨ ਦਾ ਯਤਨ ਕਰਦੇ ਹਾਂ, ਉਸ ਪ੍ਰਤੀ ਕੌਮ ਨੂੰ ਸੁਚੇਤ ਕਰਨ ਦਾ ਯਤਨ ਕਰਦੇ ਹਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ, ਕੌਮ ਨੂੰ, ਪੰਥ ਨੂੰ, ਪੰਜਾਬ ਨੂੰ ਗੰਭੀਰ ਸਮੱਸਿਆਵਾਂ ਬਣ ਕੇ ਜਿਨ੍ਹਾਂ ਦੇ ਚੁਣੌਤੀ ਦੇਣ ਦੀ ਸੰਭਾਵਨਾ, ਉਹਨਾਂ ਬਾਰੇ ਅਸੀਂ ਅਗਾਊ ਹੋਕਾ ਜਿਹੜਾ ਉਹ ਦੇਣ ਦਾ ਯਤਨ ਕਰਦੇ ਹਾਂ। ਸੋ ਇਸ ਪ੍ਰੋਗਰਾਮ ਵਿੱਚ ਰੋਜ਼ਾਨਾ ਮੇਰੇ ਨਾਲ ਹੁੰਦੇ ਨੇ ਉੱਘੇ ਸਿੱਖ ਚਿੰਤਕ, ਇਤਿਹਾਸ ਦੇ ਡੂੰਘੇ ਜਾਣਕਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੁੰਡਿਆਣੀ। ਮੁੰਡਿਆਣੀ ਸਾਹਿਬ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਜੀ, ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਡਿਆਣੀ ਸਾਹਿਬ, ਜਿਹੜੀ ਗੱਲ ਅਸੀਂ ਵਾਰ ਵਾਰ ਆਪਣੇ ਦਰਸ਼ਕਾਂ ਦੇ ਨਾਲ, ਆਪਣੇ ਚੈਨਲ 'ਤੇ, ਆਪਣੇ ਪਹਿਰੇਦਾਰ ਅਖਬਾਰ 'ਤੇ ਦੁਹਰਾਉਂਦੇ ਰਹਿੰਦੇ ਹਾਂ ਕਿ ਜਿਹੜਾ ਹਿੰਦੂਤਵ ਆ ਉਹ ਕਦੇ ਵੀ ਸਿੱਖਾਂ ਦਾ ਮਿੱਤਰ ਨਹੀਂ ਬਣ ਸਕਦਾ। ਅਸੀਂ ਲੱਖ ਉਹਨਾਂ 'ਤੇ ਭਰੋਸਾ ਕਰਨ ਦਾ ਯਤਨ ਆ ਜਿਹੜਾ ਉਹ ਕਰੀ ਜਾਈਏ। ਕਰਤਾਰਪੁਰ ਸਾਹਿਬ ਦਾ ਲਾਂਘਾ, ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਸਿੱਖਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਗਈ ਆ। ਬੰਦੀ ਸਿੰਘਾਂ ਦੀ ਰਿਹਾਈ ਦਾ, ਅੱਠ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ, ਭਾਈ ਬਲਵੰਤ ਸਿੰਘ ਰਾਜੂ ਉਹਨਾਂ ਦੀ ਫਾਂਸੀ ਦੀ ਮਾਫ਼ੀ ਦਾ ਐਲਾਨ, ਕੌਮ ਨੂੰ ਲੱਗਦਾ ਸੀ ਵੀ ਸਾਡੇ ਮੱਲ ਜ਼ਖਮ ਨੇ ਜਿਹੜੇ ਉਹਨਾਂ 'ਤੇ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸਿੱਖਾਂ ਦੀ ਕਾਲੀ ਸੂਚੀ ਆ ਜਿਹੜੀ, ਉਹਨੂੰ ਖਤਮ ਕਰਨ ਦਾ ਐਲਾਨ, ਉਹ ਵੀ ਸਿੱਖਾਂ ਨੂੰ ਬੜੀ ਰਾਹਤ ਦੇਣ ਵਾਲੀ ਖਬਰ ਲੱਗੀ ਸੀ। ਪਰੰਤੂ ਸਾਰਾ ਕੁਛ ਸਾਡੇ ਸਾਹਮਣੇ ਆ, ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਕਿਹੜੀ ਮਜਬੂਰੀਆਂ ਦੇ ਵਿੱਚ ਇਹਨਾਂ ਨੂੰ ਬਣਾਉਣਾ ਪਿਆ, ਉਹ ਵੀ ਸਾਡੇ ਸਾਹਮਣੇ ਆ। ਜਿਹੜੀ ਰਿਹਾਈ ਦੀ ਗੱਲ ਸੀ, ਉਹਦੇ 'ਚ ਤਾਂ ਸਰਕਾਰ ਯੂ ਟਰਨ ਹੀ ਲੈ ਕੇ ਭੱਜ ਹੀ ਗਈ, ਪਾਰਲੀਮੈਂਟ ਦੇ ਵਿੱਚ ਹੀ ਮੁੱਕਰ ਗਈ ਆ। ਅਤੇ ਜਿਹੜੀ ਕਾਲੀ ਸੂਚੀ ਆ, ਉਹ ਅਜੇ ਤੱਕ ਸਰਕਾਰ ਨੇ ਇਹ ਦੱਸਿਆ ਹੀ ਨਹੀਂ, ਜਨਤਕ ਹੀ ਨਹੀਂ ਕੀਤਾ ਕਿ ਉਹ ਕਾਲੀ ਸੂਚੀ 'ਚੋਂ ਕਿਹੜੇ ਸਿੱਖਾਂ ਦੇ ਨਾਂ ਕੱਟੇ ਗਏ ਆ, ਕਿਹੜਿਆਂ ਦੇ ਹਲੇ ਬਾਕੀ ਆ। ਸੋ ਇਹ ਜਿਹੜੇ ਹਿੰਦੂ ਧਰਮ ਦੇ, ਮਤਲਬ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਆ ਕਿ ਅਸੀਂ ਇਹਨਾਂ ਨੂੰ ਕਦੇ ਆਪਣੇ ਮਿੱਤਰ ਆ ਜਿਹੜੀ ਇਹ ਜਿਹੜੇ ਚੰਦੂ ਗੰਗੂ ਅਤੇ ਸੁੱਚਾਨੰਦ ਵਾਲੀ ਆ ਜਿਹੜੀ ਪੀੜ੍ਹੀ ਇੱਧਰ ਪੀੜ੍ਹੀ ਚੱਲੇ ਆਉਂਦੇ ਲੋਕ ਨੇ, ਉਹਨਾਂ 'ਤੇ ਅਸੀਂ ਭਰੋਸਾ ਜਿਹੜਾ ਉਹ ਸ਼ਾਇਦ ਨਹੀਂ ਕਰ ਸਕਦੇ। ਹੁਣ ਇੱਕ ਜਿਹੜਾ ਕੱਲ੍ਹ ਚੜ੍ਹਦੇ ਸੂਰਜ ਸਾਡੀ ਕੌਮ 'ਤੇ ਹਮਲਾ ਹੋਇਆ, ਜਿਹੜੀ ਸਾਡੀ ਮਾਂ ਬੋਲੀ ਪੰਜਾਬੀ 'ਤੇ ਹਰਿਆਣੇ 'ਚ ਹਮਲਾ ਹੋਇਆ। ਹਰਿਆਣਾ ਜਿਹੜਾ ਮਤਲਬ ਪੰਜਾਬ ਨੂੰ ਕੱਟ ਕੇ ਉਹ ਹਿੱਸਾ ਕੱਢਿਆ ਗਿਆ ਸੀ, ਅਤੇ ਉਹ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਉਹ ਹਰਿਆਣੇ 'ਚ ਵਾੜਦੇ ਸੀ। ਉਹਨਾਂ ਪੰਜਾਬੀ ਬੋਲਦੇ ਇਲਾਕਿਆਂ ਲਈ ਪੰਜਾਬੀਆਂ ਨੇ, ਸਿੱਖਾਂ ਨੇ ਲੰਬਾ ਸਮਾਂ ਮੰਗ ਵੀ ਕੀਤੀ, ਸੰਘਰਸ਼ ਵੀ ਕੀਤੇ, ਪਰ ਉਹ ਮੰਗ ਸਿਰੇ ਨਹੀਂ ਚੜ੍ਹੀ, ਅਤੇ ਆਖਿਰ ਹੌਲੀ ਹੌਲੀ ਕਰਕੇ ਅਸੀਂ ਉਹ ਮੰਗ ਨੂੰ ਭੁੱਲ ਹੀ ਗਏ ਹਾਂ। ਹੁਣ ਪੰਜਾਬੀ ਬੋਲਦੇ ਇਲਾਕਿਆਂ ਦੀ ਕੋਈ ਗੱਲ ਨਹੀਂ ਕਰਦਾ ਕਿ ਉਹ ਪੰਜਾਬ ਦੇ ਸੀ, ਚਲੋ ਉਹ ਹਰਿਆਣੇ ਵਿੱਚ ਨੇ ਇਸ ਵੇਲੇ, ਅਤੇ ਉਹਨਾਂ ਦੀ ਬੋਲੀ ਆ ਜਿਹੜੀ ਉਹ ਤਾਂ ਪੰਜਾਬੀ ਆ। ਪਰੰਤੂ ਹਰਿਆਣਾ ਸਰਕਾਰ ਨੇ ਅੱਗੇ, ਇਸ ਤੋਂ ਪਹਿਲਾਂ ਵੀ ਜਦੋਂ ਉੱਥੇ ਕਾਂਗਰਸ ਸਰਕਾਰ ਸੀ, ਇਹ ਕੁਛ ਕੀਤਾ ਸੀ ਉਹਨਾਂ ਨੇ। ਹੁਣ ਜਿਹੜੀ ਇਹ ਆਪਣੀ ਖੱਟਰ ਸਰਕਾਰ ਆ, ਜਿਹੜੀ ਭਾਜਪਾ ਦੀ ਸਰਕਾਰ ਆ, ਉਹਨੇ ਫਿਰ ਦੁਬਾਰਾ ਉਹੀ ਨਵਾਂ ਚਾਨਣਾ ਜਿਹੜਾ ਚਾੜਿਆ ਕਿ ਪੰਜਾਬੀ ਆ ਜਿਹੜੀ ਉੱਥੇ ਦੂਜੀ ਭਾਸ਼ਾ ਵਜੋਂ ਆ ਜਿਹੜੀ ਉਹ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਸੀ।
ਪਰੰਤੂ ਹੁਣ ਉੱਥੇ ਪੰਜਾਬੀ ਤੋਂ ਦੂਜੀ ਭਾਸ਼ਾ ਦਾ ਦਰਜਾ ਖੋ ਕੇ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲ ਨੇ ਜਿਹੜੇ, ਉਹਨਾਂ ਦੇ ਵਿੱਚ ਤੇਲਗੂ ਨੂੰ ਉਹਦੀ ਥਾਂ ਦਿੱਤੀ ਆ। ਹਾਲਾਂਕਿ ਤੇਲਗੂ ਨੇੜੇ ਤੇੜੇ ਨਹੀਂ ਆ, ਉਹ ਦੱਖਣ ਦੇ ਜਾ ਕੇ ਸੂਬੇ ਦੀ ਭਾਸ਼ਾ ਵਾ। ਸੋ ਉਸ ਤੇਲਗੂ ਨੂੰ ਜਿਹੜੀ ਥਾਂ ਦਿੱਤੀ ਗਈ ਆ, ਪੰਜਾਬੀ ਨੂੰ ਆ ਜਿਹੜਾ ਉਹ ਸੂਬੇ ਤੋਂ ਇੱਕ ਤਰ੍ਹਾਂ ਬਾਹਰ ਕੱਢ ਕੇ ਸੁੱਟਣ ਦੀ ਗੱਲ ਕੀਤੀ ਗਈ ਆ, ਇਹਨੂੰ ਤੁਸੀਂ ਕਿਵੇਂ ਦੇਖੋਗੇ? ਇਹ ਜੀ, ਜਦੋਂ ਬਾਂਸੀ ਲਾਲ ਪਹਿਲੀ ਵਾਰੀ ਜੀ ਚੀਫ ਮਿਨਿਸਟਰ ਬਣਿਆ ਜੀ ਸੰਨ 72 'ਚ ਜੀ, ਤਾਂ ਉਹ ਬੜਾ ਉਹਨੂੰ ਪੰਜਾਬੀ ਅਤੇ ਪੰਜਾਬ ਤੋਂ ਬੜੀ ਚਿੜ ਸੀ, ਬਿਲਕੁਲ ਚਿੜ ਸੀ, ਕੋਈ ਸ਼ੱਕ ਨਹੀਂ। ਚੰਡੀਗੜ੍ਹ ਤੋਂ ਜੇ ਹਰਿਆਣੇ ਨੂੰ ਜਾਣਾ ਹੋਵੇ ਜੀ, ਤਾਂ ਉਹਦੇ ਜਿਹੜੇ ਐਂਟਰੀ ਆ ਇਹ ਚੰਡੀਗੜ੍ਹ ਜੀਰਕਪੁਰ ਡੇਰਾ ਵਸੀ ਜੀ ਅੰਬਾਲਾ ਇਹ ਰੋਡ ਤੋਂ ਦੀ ਹੁੰਦੀ ਆ। ਬਿਲਕੁਲ। ਤੇ ਜਦੋਂ ਚੰਡੀਗੜ੍ਹ ਤੋਂ ਨਿਕਲੀ ਦਾ ਜੀ ਜੀਰਕਪੁਰ ਤੋਂ ਪੰਜਾਬ ਸ਼ੁਰੂ ਹੋ ਜਾਂਦਾ, ਹਾਂ ਵਿੱਚ ਹੈਗੇ ਥੋੜ੍ਹਾ ਹੈਗੇ ਆ, ਲਗਭਗ ਜਾਣੀ ਉੱਥੇ ਕੋਈ 25-30 ਕਿਲੋਮੀਟਰ ਪੰਜਾਬ ਆਉਂਦਾ। ਬਿਲਕੁਲ ਬਿਲਕੁਲ, ਬੱਸੀ ਪਠਾਣਾ ਉਹ ਸਾਰਾ ਡੇਰਾ ਬੱਸੀ। ਤਾਂ ਇਹ ਕਹਿੰਦਾ ਸੀ ਵੀ ਮੈਂ ਪੰਜਾਬ ਵਿੱਚੋਂ ਲੰਘ ਕੇ ਵੀ ਕਹਿੰਦਾ ਜਾਣਾ ਚੰਡੀਗੜ੍ਹ ਦੀ, ਮੈਨੂੰ ਵਧੀਆ ਨਹੀਂ ਲੱਗਦਾ ਪੰਜਾਬ ਵਿੱਚ ਦੀ ਲੰਘਣਾ। ਉਹਨੇ ਇੱਕ ਪਿੱਛੇ ਦੀ ਰੋਡ ਬਣਾਈ ਜੀ ਜਿਹਨੂੰ ਬੰਸੀਲਾ ਰੋਡ ਦਾ ਨਾਂ ਅੱਜ ਵੀ ਲਿਆ। ਠੀਕ ਹੈ। ਉੱਧਰੋਂ ਪੰਚਕੂਲੇ ਤੋਂ ਨਾਢਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਦੀ ਹੋ ਕੇ ਜੀ ਉੱਧਰ ਆਪਣੇ ਬਰਵਾਲਾ ਗਾਂ ਜਾ ਕੇ ਉਹ ਸਾਹੇ ਨਿਕਲਦੀ ਆ ਅੰਬਾਲੇ ਤੋਂ ਜਗਾਦਰੀ ਰੋਡ ਨੂੰ ਜੀ, ਸਾਹੇ ਤੋਂ ਫਿਰ ਉਹ ਸ਼ਾਹਬਾਦ ਮਾਰਕੰਡੇ ਕੋਲ ਆ ਕੇ ਜਿਹੜੀ ਦਿੱਲੀ ਜੀਟੀ ਰੋਡ ਤੇ ਚੜ ਜਾਂਦੀ ਹੈ। ਜਾਣੀ ਉਹ ਇੰਨਾ 25-30 ਕਿਲੋਮੀਟਰ ਦਾ ਵਾਧੂ ਸਫ਼ਰ ਬੈਂਗ ਪਾ ਕੇ ਬਾਹਰ ਪਾ ਕੇ ਬੈਂਗ ਪਾ ਕੇ ਉਹ ਸਿਰਫ ਪੰਜਾਬ ਚੋਂ ਨਹੀਂ ਲੰਘਣਾ, ਪੰਜਾਬ ਚੋਂ ਨਹੀਂ ਲੰਘਣਾ, ਪੰਜਾਬ ਨਾਲ ਇੰਡੀਆ ਨੂੰ ਚਿੜ ਸੀ ਜੀ। ਉਸੇ ਚਿੜ ਚੋਂ ਉਹਨੇ ਜਿਹੜੀ ਸੈਕੰਡ ਲੈਂਗੁਏਜ ਆ ਜੀ ਹਰਿਆਣੇ ਦੀ, ਉਹ ਤੇਲਗੂ ਨੂੰ ਦਰਜਾ ਦੇ ਦਿੱਤਾ ਸੀ ਜੀ, ਤੇਲਗੂ ਨੇੜੇ ਨਾ ਤੇੜੇ ਨੇੜੇ, ਬਿਲਕੁਲ ਉਹੀ ਤਾਂ ਗੱਲ ਹੈ, ਨਾ ਨੇੜੇ ਨਾ ਤੇੜੇ ਆ। ਪਰ ਜਦੋਂ ਆ ਕੇ ਉਹ ਫਿਰ ਬੜਾ ਕੁਛ ਹੋਇਆ ਜੀ, ਤਾਂ ਉਹਨੇ ਹਰਿਆਣਾ ਵਿਕਾਸ ਪਾਰਟੀ ਜਦੋਂ ਬਣਾਈ ਜੀ, ਉਹ ਮੈਨੂੰ ਹੁਣ ਯਾਦ ਨਹੀਂ ਕਿਹੜੇ ਸਨ ਦੀ ਗੱਲ ਆ, ਚਟਾਲਿਆਂ ਤੋਂ ਬਾਅਦ ਦੀ ਗੱਲ ਆ। ਬਿਲਕੁਲ। ਉਦੋਂ ਬੀਜੇਪੀ ਨਾਲ ਰਲ ਕੇ ਉਹਨੇ ਕ੍ਰਿਸ਼ਨ ਸਰਕਾਰ ਉਦੋਂ ਬਣਾਈ ਸੀ, ਬਣਾਈ ਸੀ ਬਿਲਕੁਲ। ਤੇ ਉਹਨੇ ਆਪਣੀ ਉਹ ਪਹਿਲੀ ਗਲਤੀ ਤਸਲੀਮ ਕੀਤੀ ਜੀ ਵੀ ਮੈਂ ਜਿਹੜਾ ਪੰਜਾਬੀ ਨੂੰ ਛੱਡ ਕੇ ਤੇਲਗੂ ਨੂੰ ਦਿੱਤਾ ਦਰਜਾ, ਉਹ ਮੇਰੀ ਗਲਤੀ ਸੀ। ਤੇ ਉਹਨੇ ਮੁੜ ਕੇ ਜਿਹੜਾ ਪੰਜਾਬੀ ਦਾ ਜਿਹੜਾ ਸੈਕੰਡ ਲੈਂਗੁਏਜ ਦਾ ਦਰਜਾ ਬਹਾਲ ਕਰਤਾ। ਠੀਕ। ਤੇ ਕਹਿਣ ਦਾ ਮਤਲਬ ਉਹ ਜਿਹੜਾ ਤੇਲਗੂ ਵਾਲੀ ਇੰਨੇ ਸਾਲਾਂ ਬਾਅਦ ਉਸੇ ਬੰਦੇ ਨੇ ਗਲਤੀ ਤਸਲੀਮ ਕਰੀ ਤੇ ਮੇਰੀ ਗਲਤੀ ਸੀ। ਤੇ ਹੁਣ ਹਾਲਾਂਕਿ ਪੰਜਾਬੀ ਨਹੀਂ ਸੀ, ਠੇਠ ਦਾ ਹਰਿਆਣਵੀ ਜਾਟ ਸੀ, ਭਵਾਨੀ ਦਾ ਸੀ। ਤੇ ਇਹ ਜਿਹੜਾ ਕਹਿੰਦੇ ਪੰਜਾਬੀ ਆ, ਖੱਟਰ ਹਾਂ ਖੱਟਰ ਨੂੰ ਕਹਿ ਜਾਂਦਾ ਪੰਜਾਬੀ ਆ, ਪੰਜਾਬੀ ਆ। ਤੇ ਬੀਜੇਪੀ ਕਹਿੰਦੀ ਆ ਜੀ ਇਹ ਤਾਂ ਸਾਡਾ ਤਾਂ ਅਕਾਲੀ ਦਲ ਨਾਲ 9 ਮਾਸ ਦਾ ਰਿਸ਼ਤਾ ਜੀ। ਅਕਾਲੀ ਦਲ ਕਹਿੰਦੀ ਜੀ ਵੀ ਅਸੀਂ ਤਾਂ ਪੰਜਾਬੀਆਂ ਦੇ ਹਮਦਰਦੀ ਸਭ ਤੋਂ ਵੱਡਾ ਕੋਈ ਕੋਈ ਹੈ ਨਹੀਂ। ਉਹਨੇ ਆ ਕੇ ਉਹ ਬੰਸੀ ਲਾਲ ਵਾਲੀ ਗਲਤੀ ਮੁੜ ਕੇ ਦੁਹਰਾਈ ਦੁਹਰਾਈ ਆ। ਇਹ ਤਾਂ ਹੁਣ ਜਿਹੜੇ ਪਤੀ ਪਤਨੀ ਦੇ ਰਿਸ਼ਤੇ ਵਾਲੇ ਆ ਜੀ, ਇਹਨਾਂ ਨੂੰ ਤਾਂ ਫਰਜ਼ ਬਣਦਾ ਸਭ ਤੋਂ ਪਹਿਲਾਂ ਬੋਲਣਾ। ਹਾਂ, ਕੋਈ ਸ਼ੱਕ ਨਹੀਂ ਹੈ, ਪਤੀ ਪਤਨੀ ਦੇ ਰਿਸ਼ਤੇ ਵਾਲਿਆਂ ਦਾ ਫਰਜ਼ ਬਣਦਾ। ਦੇਖੋ ਹੁਣ ਉੱਥੇ ਸਰਕਾਰ ਵੀ ਆ ਜਿਹੜੀ ਉਹ ਇਹਨਾਂ ਦੀ ਭਾਜਪਾ ਦੀ ਆ, ਜੇ ਵਿਸਾਖੀਆਂ ਨੇ ਉਹ ਚੁਟਾਲਿਆਂ ਦੀਆਂ ਨੇ। ਹਾਂਜੀ। ਸੋ ਦੋਨੇ ਹੀ ਆ ਜਿਹੜੇ ਇਹਨਾਂ ਨੂੰ ਆਪਦੇ ਉਹ ਚੁਟਾਲੇ ਕਹਿੰਦੇ ਜੀ, ਸਾਡੇ ਤਾਂ ਬਾਦਲ ਹੀ ਸਾਰਾ ਕੁਝ ਨੇ ਤੇ ਭਾਜਪਾ ਵਾਲੇ ਪਤੀ ਪਤਨੀ ਦੱਸਦੇ ਨੇ। ਫਿਰ ਇਸ ਵੇਲੇ ਦਾ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਬਾਦਲ ਕਹਿੰਦੀ ਬਣਦੀ ਆ ਕਿ ਜਿਹੜਾ ਪੰਜਾਬੀ ਦੇ ਨਾਲ ਧੱਕਾ ਹਰਿਆਣੇ ਦੇ ਵਿੱਚ ਹੋ ਰਿਹਾ ਵਾ, ਉਸ ਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਵੇ, ਉਹ ਫੈਸਲੇ ਨੂੰ ਵਾਪਸ ਕਰਵਾਇਆ ਜਾਵੇ।
ਸੋ ਡੈਡੀ ਸਾਹਿਬ ਇੱਕ ਇਹਦੇ ਨਾਲ ਦੀ ਜਿਹੜੀ ਵੱਡੀ ਹੈਰਾਨੀਜਨਕ ਖਬਰ ਆ ਕਿ ਹਰਿਆਣੇ ਦੇ ਵਿੱਚ ਇਹ ਫੈਸਲਾ ਹੋ ਗਿਆ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਪਰੰਤੂ ਕਿਸੇ ਵੀ ਮੀਡੀਏ 'ਤੇ ਇਸ ਤਰ੍ਹਾਂ ਦੀ ਖਬਰ ਆ ਜਿਹੜੀ ਉਹ ਸਾਡੇ ਸਾਹਮਣੇ ਨਹੀਂ ਆਈ ਕਿ ਹਰਿਆਣੇ 'ਚੋਂ ਪੰਜਾਬੀ ਬੋਲੀ ਆ ਜਿਹੜੀ ਇਹਨੂੰ ਦਰਕਿਨਾਰ ਕਰ ਦਿੱਤਾ ਗਿਆ। ਹਾਂਜੀ, ਦੇਖੋ ਕਈ ਤਾਂ ਅਖਬਾਰ ਕਹਿੰਦੇ ਜੀ ਪੰਜਾਬੀ ਦੇ ਵਕੀਲ ਹੀ ਅਸੀਂ ਹਾਂ ਜੀ, ਪੰਜਾਬੀ ਦਾ ਤਾਂ ਫਿਕਰ ਹੀ ਸਾਨੂੰ ਆ ਜੀ, ਉਹ ਜੇ ਸਾਰਾ ਮੀਡੀਆ ਵੀ ਚੁੱਪ ਆ ਜੀ, ਬਿਲਕੁਲ। ਅਤੇ ਜਦੋਂ ਮੀਡੀਆ ਚੁੱਪ ਆ ਜੀ ਅਤੇ ਫਿਰ ਸਿਆਸਤਦਾਨਾਂ ਨੂੰ ਚੁੱਪ ਰਹਿਣਾ ਸਿਖਾਲਾ ਹੋ ਜਾਂਦਾ ਜੀ। ਚਲੋ ਇਹ ਸਾਰੀ ਤਰ੍ਹਾਂ ਤੋਂ ਮੈਂ ਤੁਹਾਡੀ ਗੱਲ ਮੰਨ ਲਈ, ਮੀਡੀਆ ਚੁੱਪ ਆ, ਮੀਡੀਆ ਵਾ ਜਿਹੜਾ ਉਹ ਤਾਂ ਜਿਹੜਾ ਜਿਸ ਪਾਸੇ ਉਹਦੀ ਤਾਰ ਜੁੜੀ ਆ ਉਹਨੇ ਤਾਂ ਉਹ ਉਸੇ ਹਿਸਾਬ ਦੇ ਨਾਲ ਹੀ ਗੱਲ ਕਰਨੀ ਆ। ਪਰੰਤੂ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ, ਜਿਹੜੇ ਆਪਣੇ ਆਪ ਨੂੰ ਪੰਜਾਬੀ ਇਤਿਹਾਸੀ ਮੰਨਦੇ ਨੇ, ਜਿਹੜੇ ਸਾਹਿਤ ਸੁਭਾਵਾਂ ਬਣਾ ਕੇ ਬੈਠੇ ਨੇ, ਉਹ ਸਾਰਾ ਕੁਝ ਆ ਜਿਹੜਾ ਅੱਜ ਸੈਮੀਨਾਰ ਆ ਜੀ, ਕੱਲ੍ਹ ਸੈਮੀਨਾਰ ਆ ਪੰਜਾਬ ਬਾਰੇ, ਉਹਨਾਂ 'ਚੋਂ ਵੀ ਕਿਸੇ ਦੀ ਆਵਾਜ਼ ਆ ਜਿਹੜੀ ਉਹ ਸੁਣਾਈ ਨਹੀਂ ਦਿੱਤੀ ਕਿ ਹਰਿਆਣੇ ਦੇ ਵਿੱਚ ਜਿਹੜਾ ਪੰਜਾਬੀ ਨਾਲ ਧੱਕਾ ਹੋ ਰਿਹਾ, ਅਸੀਂ ਇਹਦੇ ਵਿਰੁੱਧ ਲੜਾਂਗੇ। ਤੁਸੀਂ ਦੇਖੋ ਕੇਂਦਰੀ ਪੰਜਾਬੀ ਲੇਖਕ ਸਭਾ ਜੀ, ਉਹ ਕਹਿੰਦੇ ਸਾਡੇ 6-7 ਹਜ਼ਾਰ ਮੈਂਬਰ ਨੇ ਜੀ, ਪੰਜਾਬੀ ਸਾਹਿਤ ਅਕੈਡਮੀ ਬਿਲਕੁਲ, ਇਹਦਾ ਲੁਧਿਆਣੇ ਹੈੱਡਕੁਆਰਟਰ ਜੀ, ਹੋਰ ਛੋਟੀਆਂ ਮੋਟੀਆਂ ਸਾਹਿਤ ਸਭਾਵਾਂ ਕੁੱਲ ਮਿਲਾ ਕੇ 20,000 ਆਪਦੇ ਮੈਂਬਰ ਆ ਜਿਹੜੇ ਦੱਸਦੇ ਹੀ ਨੇ ਨਾ, ਵੱਖੋ ਵੱਖਰੇ ਜਿਹੜੇ ਹੈਗੇ। ਹਾਂਜੀ, ਤੇ ਉਹ ਹੁਣ ਚੁੱਪ ਨੇ ਸਰ ਜੀ, ਮਤਲਬ ਉਹਨਾਂ ਦਾ ਅੱਡਾ ਸਿਰਫ ਅੰਗਰੇਜ਼ੀ ਨਾਲ ਆ ਜੀ, ਵੀ ਅੰਗਰੇਜ਼ੀ ਛਡਾ ਕੇ ਪੰਜਾਬੀ ਬੁਲਾਉਣ ਦੀ ਆੜ 'ਚ ਜੀ, ਆਪਣੇ ਪੰਜਾਬੀ ਬੁਲਾਉਣ ਦੇ ਬਹਾਨੇ 'ਚ ਉਹ ਜਿਹੜੇ ਹਿੰਦੀ ਦੇ ਲਫ਼ਜ਼ ਆ ਉਹ ਵਿੱਚ ਫਿੱਟ ਕੀਤੇ ਜਾਂਦੇ, ਇਹ ਤੋਂ ਬਿਨਾਂ ਇਹਨਾਂ ਦਾ ਅੱਜ ਤਾਈਂ ਕੋਈ ਬਹੁਤਾ ਕਰਦਾਰ ਸਮਝਦੇ ਨਹੀਂ। ਜੇ ਪੰਜਾਬੀ ਦਾ ਕਤਲ ਕਰਕੇ ਹਿੰਦੀ ਅੱਗੇ ਆਉਂਦੀ ਆ, ਤੇਲਗੂ ਅੱਗੇ ਆਉਂਦੀ ਆ, ਤਾਂ ਇਹਨਾਂ ਨੂੰ ਕੋਈ ਮਤਲਬ ਨਹੀਂ। ਹੁਣ ਤੁਸੀਂ ਦੇਖੋ ਲਿਖਾਰੀ ਲਫ਼ਜ਼ ਆ ਪੰਜਾਬੀ ਦਾ ਜੀ, ਕੇਂਦਰੀ ਪੰਜਾਬੀ ਲਿਖਾਰੀ ਸਭਾ ਹੋ ਜਾਂਦੀ ਬੜਾ, ਉਹਨੂੰ ਵੀ ਕੱਟ ਕੇ ਲੇਖਕ ਹਿੰਦੀ ਵਾਲਾ ਜੋੜਿਆ ਗਿਆ, ਤਾਂ ਇਹਦਾ ਮਤਲਬ ਇਹਨਾਂ ਨੂੰ ਫਿਕਰ ਹਿੰਦੀ ਦਾ ਪੰਜਾਬੀ ਦਾ ਨਹੀਂ ਹੈ। ਪੰਜਾਬੀ ਕੱਟ ਕੇ ਤਾਮਿਲ ਤੇਲਗੂ ਜੋ ਮਰਜ਼ੀ ਕਰ ਦਿਓ, ਇਹਨਾਂ ਦੀ ਸਿਹਤ 'ਤੇ ਕੀ ਹੋ ਸਕਦੀ। ਜਦੋਂ ਮਾੜਾ ਜਿਹਾ ਪੰਜਾਬੀ ਦੇ ਵਿੱਚ ਤੁਸੀਂ ਅੰਗਰੇਜ਼ੀ ਵਾਲੀ ਗੱਲ ਆ ਗਈ ਜੀ, ਉਦੋਂ ਇਹਨਾਂ ਨੇ ਸਾਰੀਆਂ ਅੱਡੀਆਂ ਚੱਕ ਕੇ ਮਗਰ ਪੈ ਜਾਣੀ। ਡਾਇਰੈਕਟਰ ਕਿਉਂ ਲਿਖਤਾ ਜੀ ਇਹਨੂੰ, ਨਿਰਦੇਸ਼ਕ ਲਿਖੋ, MLA ਕਿਉਂ ਕਹਿੰਦੇ ਜੀ ਇਹਨੂੰ, ਵਿਧਾਇਕ ਲਿਖੋ, ਆਹ ਕੰਮ ਹੈ ਇਹਨਾਂ ਦਾ ਜੀ। ਮਤਲਬ ਆਪਾਂ ਜਿਹੜੀ ਗੱਲ ਕਰਦੇ ਕਿ ਪੰਜਾਬੀ ਮਾਂ ਬੋਲੀ ਦਾ ਸੱਚਾ ਸਬੂਤ ਆ, ਉਹ ਲੱਭਣਾ ਸਾਨੂੰ ਬਹੁਤ ਔਖਾ ਜੇ ਪੰਜਾਬੀ ਬੋਲੀ ਦੇ ਸੱਚੇ ਸਬੂਤ ਹੁੰਦੇ। ਅਤੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜੇ 20,000 ਤੋਂ ਘੱਟੋ ਘੱਟ 5,000 ਬੰਦਾ ਤਾਂ ਰੋਸ ਦਾ ਪ੍ਰਗਟਾਵਾ ਕਰਨ ਲਈ ਆ ਜਿਹੜਾ, ਚਾਹੇ ਚੰਡੀਗੜ੍ਹ ਜਾਂਦਾ ਅਤੇ ਚਾਹੇ ਉਹ ਸੜਕਾਂ 'ਤੇ ਨਿਕਲਦਾ, ਘੱਟੋ ਘੱਟ ਇੱਕ ਵਾਰ ਸਰਕਾਰ ਦੇ ਸਾਹਮਣੇ ਇਸ ਦਾ ਰੋਸ ਪ੍ਰਗਟਾਵਾ ਤਾਂ ਸਾਨੂੰ ਕਰਨਾ ਚਾਹੀਦਾ ਕਿ ਪੰਜਾਬੀ ਮਾਂ ਬੋਲੀ ਦਾ ਇੱਕ ਸੂਬੇ ਦੇ ਵਿੱਚ ਜਿਹੜਾ ਸੂਬਾ ਆਪਦੇ ਆਪ ਨੂੰ, ਜਦੋਂ ਤਾਂ ਪਾਣੀਆਂ ਦੀ ਗੱਲ ਆ ਜਾਂਦੀ ਆ ਉਦੋਂ ਤਾਂ ਉਹ ਕਹਿੰਦਾ ਜੀ ਪੰਜਾਬ ਮੇਰਾ ਵੱਡਾ ਭਰਾਵਾ, ਮੈਂ ਛੋਟਾ ਭਰਾਵਾ, ਮੇਰਾ ਹਿੱਸਾ ਬਣਦਾ ਮੈਨੂੰ ਦਿਓ, ਨਹੀਂ ਹਿੱਸਾ ਨਹੀਂ ਮੈਨੂੰ ਵੱਧ ਦੇ ਦੇ ਤੂੰ ਵੱਡਾ ਭਾਈ ਆ, ਵੱਡਾ ਭਾਈ ਆ। ਸੋ ਉਦੋਂ ਤਾਂ ਪੰਜਾਬ ਹੈਗਾ ਵੱਡਾ ਭਾਈ ਜਦੋਂ ਪੰਜਾਬ ਦੀ ਜਾਨ ਲੈਣੀ ਆ, ਪਾਣੀ ਲੈਣਾ ਵਾ, ਅਤੇ ਜਦੋਂ ਗੱਲ ਪੰਜਾਬੀ ਮਾਂ ਬੋਲੀ ਦੀ ਆ, ਮਾਂ ਦਾ ਕਤਲ ਕਰਨਾ, ਉਦੋਂ ਪੰਜਾਬ ਨਾਲ ਕੋਈ ਰਿਸ਼ਤਾ ਨਹੀਂ, ਰਿਸ਼ਤਾ ਨਹੀਂ। ਦੇਖੋ ਵੱਡੀ ਤਾਂ ਗੱਲ ਹੈ, ਜਿਹੜੇ ਪੰਜਾਬੀ ਦੇ ਖੱਟੀ ਖਾਂਦੇ ਆ ਜੀ, ਪੰਜਾਬੀ ਸੁਭਾਵਾਂ ਬਣਾ ਕੇ ਉਹਨਾਂ ਦੀਆਂ ਅਹੁਦੇਦਾਰੀਆਂ ਚਮਕਾ ਕੇ ਮਾਨ ਸਨਮਾਨ ਦਿੰਦੇ ਆ, ਵੇਖੋ ਮੈਂ ਪੰਜਾਬੀ ਦੀ ਸੇਵਾ ਕੀਤੀ ਆ, ਮੈਂ ਮਾਂ ਬੋਲੀ ਦੀ ਸੇਵਾ ਕੀਤੀ ਆ, ਤੇ ਜਿਹੜੇ ਗਾਉਣ ਵਾਲੇ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ, ਵੇਖੋ ਇਹਨਾਂ ਦੇ ਮੂਹਰੇ ਹਜ਼ਾਰਾਂ ਦਰਸ਼ਕ ਬੈਠੇ ਹੁੰਦੇ, ਚਲੋ ਉੱਥੇ ਬੋਲ ਪੈਣ ਉੱਥੇ, ਬਿਲਕੁਲ। ਚਲੋ ਜੇ ਜਿੱਥੇ ਜਿਹੜਾ ਵੀ ਤੁਹਾਡਾ ਪਲੇਟਫਾਰਮ ਆ, ਆਪਾਂ ਇਹ ਨਹੀਂ ਕਹਿੰਦੇ, ਜਿੱਥੇ ਜਿੱਥੇ ਤੁਸੀਂ ਇਸ ਗੱਲ ਦਾ ਵਿਰੋਧ ਪ੍ਰਗਟਾ ਸਕਦੇ ਉੱਥੇ ਤਾਂ ਸਾਨੂੰ ਪ੍ਰਗਟਾਉਣਾ ਹੀ ਚਾਹੀਦਾ। ਘੱਟੋ ਘੱਟ ਚੱਲ ਜਿਹੜੇ ਮੈਂ ਗੱਲ ਕੀਤੀ ਆ ਵੀ ਜੇ ਇੰਨੀ ਇਹਨਾਂ 'ਚ ਹਿੰਮਤ ਨਹੀਂ ਕਿ ਸੜਕਾਂ 'ਤੇ ਆ ਜਾਂਦੇ ਜਾਂ ਦਿੱਲੀ ਚੰਡੀਗੜ੍ਹ ਜਾ ਕੇ ਇਸ ਗੱਲ ਦਾ ਰੋਸ ਵਿਖਾਵਾ ਕਰਦੇ, ਤਾਂ ਘੱਟੋ ਘੱਟ ਜਿਹੜੇ ਰੋਸ ਮਤੇ ਤਾਂ ਪਾਸ ਕੀਤੇ ਜਾ ਸਕਦੇ ਸੀ ਵੀ ਆਹ ਹਰਿਆਣੇ 'ਚ ਕੀ ਹੋ ਰਿਹਾ ਵਾ, ਕਿਤੇ ਨਾ ਕਿਤੇ ਸਰਕਾਰ ਨੂੰ, ਜੇ ਹੁਣ ਸਰਕਾਰ ਸਮਝਦੀ ਆ ਕਿ ਪੰਜਾਬੀ ਮਾਂ ਬੋਲੀ ਦਾ ਕੋਈ ਵਾਰਸ ਹੀ ਨਹੀਂ। ਆਹ ਗੱਲ ਸ਼ਾਇਦ ਨਵੰਬਰ ਦੀ ਹੋਈ ਆ ਜੀ, ਜਦੋਂ
ਭਾਸ਼ਾ ਵਿਭਾਗ ਨੇ ਜਲਸਾ ਕਰਾਇਆ ਸੀ, ਬਿਲਕੁਲ ਬਿਲਕੁਲ ਉੱਥੇ ਮਾਨ ਸਾਹਿਬ ਬੋਲੇ, ਉੱਥੇ ਇੱਕ ਬੋਲਿਆ ਸੀ ਵੀ ਅਸੀਂ ਜਾਣਕਾਰੀ ਸੀ, ਮਤਲਬ ਉਹਨੂੰ ਹਜ਼ਮ ਨਹੀਂ ਕਰ ਸਕਿਆ, ਉੱਥੇ ਬੋਲ ਗਿਆ ਬੋਲ ਗਿਆ। ਤੇ ਇਹ ਜਿਹੜੇ ਤੇਜਮੰਤ ਮਾਨ ਨੇ ਟੋਕਿਆ ਤਾਂ ਇਹ ਕਹਿੰਦੇ ਲੈ ਕਿਹੜੀ ਗੱਲਾਂ ਚੋਂ ਕਰ ਸੀ। ਉਹਦੇ ਬਾਅਦ ਦੇਖੋ ਦੂਜਾ ਬੋਲਿਆ ਜੇ ਤੁਸੀਂ ਸੱਚੇ ਹੋ ਪੰਜਾਬੀ ਪ੍ਰਤੀ, ਤੁਸੀਂ ਕਹਿੰਦੇ ਜੇ ਭਗਵੰਤ ਮਾਨ ਨੇ ਬੋਲਿਆ ਉਹਦੇ ਅਸੀਂ ਤੁਹਾਡੇ ਨਾਲ, ਤੁਸੀਂ ਇਹਤੋਂ ਇਲਾਵਾ ਫਲਾਣਾ ਵੀ ਕਰੋ, ਫੇਰ ਤਾਂ ਕੁਛ ਸੀ ਉਹਦਾ ਭਗਵੰਤ ਗੁਰਦਾਸ ਮਾਨ ਦੀ ਸਪੋਰਟ ਚ ਆ ਗਏ। ਨਹੀਂ ਦੇਖੋ ਗੱਲ ਤਾਂ ਇਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਗੱਲ ਤਾਂ ਇਹੀ ਮੰਨਦੀ ਆ ਕਿ ਗੁਰਦਾਸ ਮਾਨ ਆ ਜਿਹੜਾ ਉਹਨੇ ਪੰਜਾਬੀ ਮਾਂ ਬੋਲੀ ਦਾ ਵਿਰੋਧ ਕੀਤਾ। ਜਿਹੜਾ ਬੰਦਾ ਪੰਜਾਬੀ ਮਾਂ ਬੋਲੀ ਦਾ ਦੇ ਸਿਰ 'ਤੇ ਖਾਂਦਾ ਵਾ, ਪੰਜਾਬੀ ਮਾਂ ਬੋਲੀ ਦੇ ਸਿਰ 'ਤੇ ਐਸ਼ ਕਰਦਾ ਵਾ, ਅਰਬਾਪਤੀ ਬਣਿਆ ਹੋਇਆ, ਉਸ ਬੰਦੇ ਵੱਲੋਂ ਜੇ ਪੰਜਾਬੀ ਮਾਂ ਬੋਲੀ ਦਾ ਵਿਰੋਧ ਕੀਤਾ ਜਾਂਦਾ ਤਾਂ ਉਹਦਾ ਵਿਰੋਧ ਕਰਨਾ ਬਣਦਾ ਸੀ ਪੰਜਾਬੀਆਂ ਦਾ। ਸੋ ਇਹ ਜਿਹੜੇ ਬੰਦੇ ਇਸ ਤਰ੍ਹਾਂ ਦੇ ਜਿਹੜੇ ਚਾਪਲੂਸ ਬੰਦੇ ਨੇ, ਮੈਂ ਗੱਲ ਕਰਦਾ ਜਿਹੜਾ ਵਿਰੋਧ ਕਰਦੇ ਸੀ ਜੀ ਸੋਸ਼ਲ ਮੀਡੀਆ ਤੇ ਕਰਦੇ ਜਾਂ ਕਿਤੇ ਹੋਰ ਤੇ, ਪੰਜਾਬੀ ਅਖਵਾਉਂਦੇ ਹੀ ਜੀ ਉਹਦੇ ਗੁਰਦਾਸ ਮਾਨ ਦੇ ਪੱਖ 'ਚ ਆਏ ਜੀ। ਬਹਾਨਾ ਕੀ ਬਣਾਇਆ ਤੁਸੀਂ, ਆਹ ਕਿਉਂ ਨਹੀਂ ਕਰਦੇ, ਉਹ ਕਿਉਂ ਨਹੀਂ ਕਰਦੇ, ਤੁਸੀਂ ਇਹਨੂੰ ਕਹਿੰਦੇ ਪੈ ਗਏ ਜੀ। ਤੁਸੀਂ ਕਹੋ ਵੀ ਇਹਨੂੰ ਪੈ ਗਏ ਠੀਕ ਆ ਜੀ, ਅਸੀਂ ਤੁਹਾਡੇ ਨਾਲ ਆ, ਚਲੋ ਆਪਾਂ ਤੁਰ ਕੇ ਫਲਾਣੀ ਗੱਲ ਦਾ ਵਿਰੋਧ ਕਰੀਏ, ਧਮਕੀ ਦਾ ਵੀ ਕਰੀਏ। ਦੇਖੋ ਇਹ ਤਾਂ ਕੋਈ ਦਲੀਲ ਨਹੀਂ ਨਾ ਵੀ ਆਹ ਗਲਤੀ ਆ ਜਿਹੜੀ ਇਹ ਹੀਰਾ ਵੀ ਕਰਦਾ ਮੈਂ ਵੀ ਕਰਨੀ ਆ, ਹਾਂਜੀ ਇਹ ਤਾਂ ਕੋਈ ਦਲੀਲ ਨਹੀਂ ਨਾ। ਜਿਹੜਾ ਬੰਦਾ ਗਲਤ ਕਰਦਾ ਵਾ ਉਹ ਗਲਤ ਆ, ਤੇ ਜਿਹੜਾ ਬੰਦਾ ਉਸ ਗਲਤੀ ਦਾ ਉਹ ਸਹਾਰਾ ਲੈਂਦਾ ਵਾ ਇਹਦਾ ਮਤਲਬ ਉਹ ਵੀ ਗਲਤ ਆ। ਸੋ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਚਾਹੇ ਆਪਾਂ ਪੰਜਾਬ ਦੀ ਗੱਲ ਲੈ ਲਈਏ, ਪੰਜਾਬ 'ਚ ਜੋ ਪੰਜਾਬੀ ਦੇ ਹਾਲਾਤ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ, ਅਤੇ ਚਾਹੇ ਹਰਿਆਣੇ ਦੀ ਹੁਣ ਜਿਹੜੀ ਗੱਲ ਆ ਜਿਹੜੀ ਸਾਡੇ ਸਿਰ 'ਤੇ ਨਵੀਂ ਆ ਜਿਹੜੀ ਉਹ ਉਹਨਾਂ ਨੇ ਮੁਸੀਬਤ ਆ ਜਿਹੜੀ ਖੜੀ ਕੀਤੀ ਆ, ਕਤਲ ਕੀਤਾ ਪੰਜਾਬੀ ਦਾ ਹਰਿਆਣੇ ਦੇ ਵਿੱਚ। ਸੋ ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਆ ਜਿਹੜੇ ਉਹ ਜਦੋਂ ਤੱਕ ਪੰਜਾਬੀ ਮਾਂ ਬੋਲੀ ਦੀ ਰਾਖੀ ਲਈ ਆ ਜਿਹੜਾ ਉਹ ਸੱਚੇ ਮਨੋਂ ਅੱਗੇ ਨਹੀਂ ਆਉਂਦੇ। ਜਿਵੇਂ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ, ਹੁਣ ਪੰਜਾਬ ਦੇ ਵਿੱਚ ਗੱਲ ਕੀਤੀ ਆ ਊੜੇ ਅਤੇ ਜੂੜੇ ਦੀ ਰਾਖੀ ਦੀ ਆ ਜਿਹੜੀ ਉਹ ਨੌਬਤ ਆਈ ਹੋਈ ਆ ਕਿ ਨਾ ਪੰਜਾਬ ਦੇ ਵਿੱਚ ਊੜਾ ਰਿਹਾ ਅਤੇ ਨਾ ਪੰਜਾਬ ਦੇ ਵਿੱਚ ਜੂੜਾ ਰਿਹਾ। ਸੋ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਤਾਂ ਅਸੀਂ ਗੁਆਂਢੀ ਸੂਬਿਆਂ 'ਚ ਇਹ ਕਿਵੇਂ ਇਸ ਗੱਲ ਦੀ ਉਮੀਦ ਕਰਾਂਗੇ। ਸੋ ਹੁਣ ਇਸ ਵੇਲੇ ਜਿਹੜੀ ਸਾਡੇ ਸਾਹਮਣੇ ਆ ਕਿ ਪੰਜਾਬੀ ਮਾਂ ਬੋਲੀ ਦੀ ਰਾਖੀ ਲਈ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ, ਸਭਾਵਾਂ 'ਚ ਹੋ ਜਾਣ ਚਾਹੇ ਉਹ ਸੈਮੀਨਾਰਾਂ 'ਚ ਹੋ ਜਾਣ, ਪਰੰਤੂ ਉਸ ਤੋਂ ਬਾਅਦ ਕੋਈ ਠੋਸ ਕਦਮ ਆ ਜਿਹੜਾ ਉਹ ਨਹੀਂ ਚੁੱਕਿਆ ਜਾਂਦਾ ਤੁਹਾਡੇ ਹਿਸਾਬ ਦੇ ਨਾਲ, ਉਹ ਠੋਸ ਕਦਮ ਕੀ ਹੋਣਾ ਚਾਹੀਦਾ? ਠੋਸ ਕਦਮ ਤਾਂ ਜੀ ਜਿਹੜੇ ਪੰਜਾਬੀ ਦੇ ਨਾਂ 'ਤੇ ਖਾਂਦੇ ਨੇ ਜੀ, ਬਜਾਏ ਕਿ ਆਪਾਂ ਹਰਿਆਣੇ 'ਚ ਜਾ ਕੇ ਮੁਜ਼ਾਹਰੇ ਕਰੀਏ, ਕੌਣ ਕਰੂ? ਮੈਂ ਕਹਿੰਦਾ ਜੇ ਇੰਨਾ ਕਰਨ ਜੋਗੇ ਆਈਏ, ਘੱਟੋ ਘੱਟ ਜਿਹੜੇ ਇਹਨਾਂ ਦੇ ਮੈਂਬਰ ਬਣੇ ਨੇ, ਇਹਨਾਂ ਦੇ ਐਗਜ਼ੈਕਟਿਵ ਮੈਂਬਰ ਨੇ, ਜਦ ਉਹਨੂੰ ਘੱਟੋ ਘੱਟ ਇਹਨਾਂ ਨੂੰ ਤਾਂ ਫਿੱਟ ਲਾਉਣ ਦਾ ਜਦੋਂ ਇਹਨਾਂ ਨੂੰ ਫਿੱਟ ਲਾਉਣ ਦਾ ਪਈਆਂ, ਇਹਨਾਂ ਮਗਰ ਹਜ਼ਾਰਾਂ ਨੇ, ਜਦੋਂ ਇਹ ਗੱਲ ਕਰਨਗੇ ਸ਼ਾਇਦ ਕੋਈ ਹਲਚਲ ਹੋਵੇ। ਨਹੀਂ ਦੇਖੋ ਕਰਨਾਲ ਦੇ ਵਿੱਚ ਹਮੇਸ਼ਾ ਇਹ ਪੰਜਾਬੀ ਬੰਦਾ ਖੜਾ ਕਰਦੇ ਨੇ ਵੀ ਉੱਥੋਂ ਆ ਜਿਹੜਾ ਪਾਰਲੀਮੈਂਟ ਜਿੱਤਣੀ ਆ, ਇਹ ਭਾਜਪਾ ਵਾਲੇ ਵੀ ਕਰਦੇ ਨੇ, ਦੂਜੇ ਵੀ ਕਰਦੇ ਨੇ, ਅੰਬਾਲਾ ਵਾ ਜਿਹੜਾ ਉਹ ਆਪਾਂ ਨੂੰ ਪਤਾ ਹੀ ਆ ਬੈਲਟ ਆ ਜਿਹੜੀ। ਸੋ ਉਹ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ, ਉਸ ਦੇ ਬਾਵਜੂਦ ਉਹਨਾਂ ਦੀ ਅਣਦੇਖੀ ਕਰਕੇ ਜੇ ਖੱਟਰ ਰਾਜੇ ਨੂੰ ਪੰਜਾਬੀ ਵੀ ਕਹਿੰਦੇ ਆਏ, ਜੇ ਉਹਨੇ ਇਹੋ ਜਿਹਾ ਕੰਮ ਕੀਤਾ ਵਾ, ਉਹਦੇ ਪਿੱਛੇ ਜਿਹੜੀ 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 ਸੋਚ ਤੁਸੀਂ ਕਹਿ ਰਹੇ ਹੋ
ਜਿਹੜੀ ਉਹ ਸੋਚ ਜਿਹੜੀ ਪਟਿਆਲੇ ਦੇ ਵਿੱਚ ਜਿਹੜੀ ਉਹਨੇ ਪ੍ਰਗਟਾਵਾ ਕੀਤਾ ਸੀਗਾ ਕਿ 2 ਸਾਲ ਸਾਨੂੰ ਦਿਓ ਪੰਜਾਬੀ ਦੇਖੋ ਉੱਥੋਂ ਲੰਘਦੀ ਆ, ਸੋ ਅੱਜ ਉਹ ਸਾਡੇ ਸਾਹਮਣੇ ਆ ਗਿਆ। ਮੈਂ ਤੁਹਾਨੂੰ ਦੱਸਦਾ ਇਹ ਜਿਹੜਾ ਕਰਨਾਲ ਜ਼ਿਲ੍ਹਾ ਸੀ ਜੀ, ਇੱਥੇ ਜਿਹੜੇ ਸਿੱਖ ਰਿਫਿਊਜੀ ਸੀਗੇ ਜੀ, ਜੱਟ ਰਿਫਿਊਜੀ ਜੀ, ਜ਼ਮੀਨਾਂ ਦੇ ਮਾਲਕ ਜੀ, ਸ਼ੇਖੂਪੁਰਾ ਦੇ ਗੁਜਰਾਂ ਵਾਲੇ ਸਾਰੇ ਕਰਨਾਲ 'ਚ ਵਸਾਏ ਸੀ, ਐਨ ਪੂਰੇ ਉੱਥੇ ਮਤਲਬ ਸਿੱਖ ਵੀ ਸੀਗੇ ਅਤੇ ਪੰਜਾਬੀ ਵੀ ਸੀਗੇ। ਉਹ ਜਿਹੜਾ ਹੈਗਾ ਇਲਾਕਾ ਜੀ, ਕਾਫੀ ਹੱਦ ਤੱਕ ਕੁਰੂਕਸ਼ੇਤਰ ਪਾਰਲੀਮੈਂਟ ਹਲਕੇ 'ਚ ਪੈਂਦਾ ਹੁੰਦਾ ਸੀ ਜੀ, ਜਿੱਥੋਂ ਤੱਕ ਮੈਨੂੰ ਯਾਦ, ਆਪਾਂ ਬਹੁਤਾ ਦੂਰ ਨਾ ਜਾਈਏ ਕਿਉਂਕਿ 77 ਦੇ 72 'ਚ ਪਹਿਲੀਆਂ ਇਲੈਕਸ਼ਨਾਂ ਹੋਈਆਂ ਜੀ ਪੰਜਾਬ ਰਿਜ਼ਰਵ, ਜਦੋਂ ਹਰਿਆਣਾ ਅੱਡ ਨਿਕਲਿਆ ਜੀ, ਉਦੋਂ 72 ਦਾ ਨਹੀਂ ਮੈਨੂੰ ਪਤਾ, 77 ਦਾ ਪਤਾ ਜੀ। 77 ਦੇ ਵਿੱਚ ਜਨਤਾ ਪਾਰਟੀ ਜਾਂ ਐਮਰਜੈਂਸੀ ਤੋਂ ਬਾਅਦ ਜਿਹੜੇ ਦੇਵੀਦਾਰ ਪਾਰਟੀ ਆ ਜੀ, ਉਹਦੇ ਟਿਕਟ ਤੇ ਸਰਦਾਰ ਲਖਵੀਰ ਸਿੰਘ ਵਿਰਕ ਜੀ ਇਲੈਕਸ਼ਨ ਲੜੇ ਸੀ ਤੇ ਜਿੱਤੇ ਵੀ ਸੀ ਜੀ। ਆਹ ਜਿਹੜਾ ਮੀਤ ਪ੍ਰਧਾਨ ਰਿਹਾ ਐਸਜੀਪੀਸੀ ਦਾ ਰਘੂਜੀਤ ਸਿੰਘ ਵਿਰਕ, ਇਹਦਾ ਫਾਦਰ, ਇਹਦਾ ਬਾਪ ਜੀ। ਹਾਂਜੀ, ਉਹ ਤੋਂ ਬਾਅਦ ਕਾਂਗਰਸ ਦੇ ਰਹੇ ਸਰਦਾਰ ਤਾਰਾ ਸਿੰਘ ਵਿਰਕ ਉਸੇ ਹਲਕੇ ਤੋਂ ਜੀ, ਫਿਰ ਇਹ ਜਨਤਾ ਪਾਰਟੀ ਦੇਵੀ ਲਾਲ ਪਾਰਟੀ ਦੇ ਸਰਦਾਰ ਗੁਰਦਿਆਲ ਸਿੰਘ ਸੈਣੀ, ਉਹ ਜਿਹੜੇ ਸਿੱਖ ਕੈਂਡੀਡੇਟ ਉੱਥੋਂ ਸਾਰੀਆਂ ਪਾਰਟੀਆਂ ਖੜਾ ਕਰਦੀਆਂ ਸੀ, ਜਿੱਤਦਾ ਵੀ ਹੈ, ਉਹ ਵੀ ਹੁਣ ਬੜੇ ਚਿਰ ਤੋਂ ਦਸਤੂਰ ਖਤਮ ਕਰ, ਠੀਕ ਹੈ, ਹੌਲੀ ਹੌਲੀ, ਮਤਲਬ ਜਦੋਂ ਆਪਾਂ ਇੱਕ ਗੱਲ ਨੂੰ ਨਹੀਂ ਬੋਲਦੇ ਜੀ ਤਾਂ ਫਿਰ ਉਹ ਬਾਕੀਆਂ ਨੂੰ ਪੈ ਜਾਂਦੇ ਆ। ਦੇਖੋ ਨਹੀਂ, ਦੇਖੋ ਮਡੈਡੀ ਸਾਹਿਬ, ਇਹ ਤਾਂ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਦੋਂ ਮਤਲਬ ਉਹ ਇਹ ਗੱਲ ਦੇਖਦੇ ਆ ਕਿ ਜਿਹੜੇ ਆਪਣੀ ਮਾਂ ਲਈ ਨਹੀਂ ਬੋਲੇ, ਆਪਣੀ ਮਾਂ ਬੋਲੀ ਨਹੀਂ ਬੋਲੇ, ਤੇ ਉਹਨਾਂ ਦੀ ਔਕਾਤ ਕੀ ਸਮਝਣਗੇ ਉਹ। ਹਾਂਜੀ, ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਾਨੂੰ ਉਹਨਾਂ ਨੇ ਹੌਲੀ ਹੌਲੀ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ, ਕੋਈ ਇਹਨਾਂ ਦੀ ਕੋਈ ਗੱਲ ਨਹੀਂ ਹੈਗੀ, ਸੋ ਇਹਦੇ ਪਿੱਛੇ ਕਾਰਨ ਇਹੀ ਆ ਕਿ ਅਸੀਂ ਨਾ ਆਪਣੀ ਮਾਂ ਬੋਲੀ ਦੀ ਰਾਖੀ ਕਰ ਰਹੇ ਹਾਂ ਅਤੇ ਨਾ ਅਸੀਂ ਆਪਣੇ ਸਿੱਖ ਸੱਭਿਅਤਾ ਜਿਹੜੀ ਅਸੀਂ ਉਹਦੀ ਰਾਖੀ ਕਰ ਰਹੇ ਹਾਂ। ਅੱਜ ਸਾਡੇ ਘਰਾਂ 'ਚ ਹਿੰਦੀ ਆ ਜਿਹੜੀ ਉਹ ਪ੍ਰਧਾਨ ਆ, ਜਦੋਂ ਤੋਂ ਪੋਲੀਟੀਕਲ ਤੁਹਾਡੀ ਜਿਹੜੀ ਨਿਸਬਤ ਆ ਘਟਾ ਦਿੱਤੀ ਜੀ ਜੀ ਜੀ, ਦੋਨੇ ਪਾਰਟੀਆਂ ਸਮਝਦੇ ਆ ਜੀ ਵੀ ਇੱਥੋਂ ਆਪਾਂ ਸਿੱਖ ਕੈਂਡੀਡੇਟ ਕਰਾ ਜੀ, ਕਾਂਗਰਸ ਤੇ ਦੇਵੀ ਲਾਲ ਪਾਰਟੀ ਦਾ ਆਮ ਤੌਰ ਤੇ ਮੁਕਾਬਲਾ ਹੁੰਦਾ ਸੀ, ਦੋਨੇ ਪਾਰਟੀਆਂ ਸਿੱਖ ਕੈਂਡੀਡੇਟ ਖੜਾਉਂਦੀਆਂ ਸੀ, ਚਾਹੇ ਉਹ ਜਿੱਤ ਜਾਏ, ਇੱਕ ਸਿੱਖ ਜਿੱਤਦਾ ਸੀ ਜੀ, ਘੱਟੋ ਘੱਟ ਜੇ ਉਹ ਸਿੱਖ ਜਿੱਤਿਆ ਹੁੰਦਾ ਜੀ, ਤਾਂ ਜਿਹਨੇ ਪੰਜਾਬੀ ਬੋਲੀ ਕਹਿ ਕੇ ਵੋਟਾਂ ਲਈਆਂ ਹੁੰਦੀਆਂ, ਕੁਛ ਨਾ ਕੁਛ ਬੋਲਦਾ, ਉਹ ਜਦੋਂ ਚਿਰ ਦਾ ਹੀ ਉਹ ਚੀਜ਼ ਮਤਲਬ ਇਹਨਾਂ ਨੇ ਆਪਣੇ ਹੱਥੀ ਖਾਤਮਾ ਕਰ ਲਿਆ, ਤਾਂ ਇਹ ਨੌਬਤ ਇੱਕ ਦਿਨ ਆਉਣੀ ਸੀ। ਠੀਕ, ਸੋ ਕੌਮ ਦੇ ਸਾਹਮਣੇ, ਕਿਉਂਕਿ ਅਸੀਂ ਜਿਹੜੀਆਂ ਰੋਜ਼ਾਨਾ ਤੁਹਾਡੇ ਨਾਲ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਹਾਂ, ਉਹ ਜਿਹੜੀਆਂ ਚੁਣੌਤੀਆਂ ਪੇਸ਼ ਹੁੰਦੀਆਂ ਨੇ, ਬੰਗਾਰਾਂ ਆਉਂਦੀਆਂ ਨੇ, ਉਹਨਾਂ 'ਚੋਂ ਇੱਕ ਬੰਗਾਰ ਆ ਜਿਹੜੀ ਉਹ ਕੱਲ੍ਹ ਫਿਰ ਸਾਡੇ ਸਾਹਮਣੇ ਆਈ ਆ ਕਿ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਪੰਜਾਬੀ ਮਾਂ ਬੋਲੀ ਆ ਜਿਹੜੀ ਉਹਨੂੰ ਉਹਨਾਂ ਨੇ ਦਰਕਿਨਾਰ ਕਰਨ ਦਾ ਜਿਹੜਾ ਯਤਨ ਆ ਉਹ ਸ਼ੁਰੂ ਕਰ ਦਿੱਤਾ। ਹੁਣ ਪੰਜਾਬੀ ਇਹਦੀ ਰਾਖੀ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ, ਜਾਂ ਜਿਵੇਂ ਅੱਗੇ ਸਿਰ ਸੁੱਟਿਆ ਜਾਂਦਾ ਸੀਗਾ, ਜਿਵੇਂ ਮਡਿਆਣੀ ਸਾਹਿਬ ਨੇ ਦੱਸਿਆ ਕਿ ਬਾਂਸੀ ਲਾਲ ਦੇ ਸਮੇਂ ਤੋਂ ਇਹ ਉੱਥੇ ਵਰਤਾਰਾ ਜਿਹੜਾ ਉਹ ਵਾਪਰ ਰਿਹਾ, ਉਹ ਵਰਤਾਰਾ ਜਿਹੜਾ ਫਿਰ ਦੁਬਾਰਾ ਹੁਣ ਖੱਟਰ ਸਰਕਾਰ ਨੇ ਜਿਹੜਾ ਉਹ ਸ਼ੁਰੂ ਕੀਤਾ। ਸੋ ਇਹਦਾ ਜਿਹੜਾ ਪਹਿਲੀ ਅਸੀਂ ਗੱਲ ਕੀਤੀ ਆ ਕਿ ਜਿਹੜੇ ਭਾਈਵਾਲ ਨੇ, ਚਾਹੇ ਉਹ ਭਾਜਪਾ ਦੇ ਲਾ ਲਈਏ ਅਤੇ ਚਾਹੇ ਅਸੀਂ ਉਹ ਦੁਸ਼ਯੰਤ ਚੌਟਾਲਾ ਜਿਹੜਾ ਉੱਥੇ ਵਿਸਾਖੀਆਂ ਦੇ ਕੇ ਸਰਕਾਰ ਜੀ ਨੇ ਖੜੀ ਕੀਤੀ ਹੋਈ ਆ, ਉਪ ਮੁੱਖ ਮੰਤਰੀ ਆ, ਉਹਦੇ ਰਾਹੀਂ ਇਸ ਹੁਕਮ ਨੂੰ ਵਾਪਸ ਲਿਆ ਜਾਊ ਜਾਂ ਨਹੀਂ। ਅਸੀਂ ਸਾਰੇ ਜਾਣਦੇ ਹਾਂ ਕਿ ਕਦੇ ਵੀ ਬਾਦਲ ਦਲ ਨੇ ਜਿਹੜਾ ਵੀ ਸਿੱਖ ਵਿਰੋਧੀ ਕਦਮ ਚੁੱਕਿਆ ਜਾਂਦਾ ਉਹਦਾ ਵਿਰੋਧ ਨਹੀਂ ਕੀਤਾ। ਸੋ ਹੁਣ ਕੌਮ ਦਬਾਅ ਪਾਉਂਦੀ ਆ ਜਾਂ ਨਹੀਂ ਪਾਉਂਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ, ਪਰੰਤੂ ਪੰਜਾਬੀ ਮਾਂ ਬੋਲੀ ਲਈ ਇੱਕ ਬਹੁਤ
ਮਾਰੂ ਕਦਮ ਆ ਜਿਹੜਾ ਉਹ ਹਰਿਆਣੇ 'ਚ ਚੱਕਿਆ ਗਿਆ। ਸੋ ਇਸ ਸੰਬੰਧੀ ਅਸੀਂ ਤੁਹਾਡੇ ਵਿਚਾਰ, ਤੁਹਾਡੇ ਸੁਝਾਅ ਨੇ ਜਿਹੜੇ ਉਹਨਾਂ ਦੀ ਉਡੀਕ ਕਰਾਂਗੇ, ਤਾਂ ਕਿ ਅਸੀਂ ਉਹਨਾਂ ਵਿਚਾਰਾਂ ਨੂੰ, ਉਹਨਾਂ ਸੁਝਾਵਾਂ ਨੂੰ ਸਮੁੱਚੀ ਕੌਮ ਦੇ ਅੱਗੇ ਰੱਖ ਸਕੀਏ। ਸੋ ਮੰਡਿਆਣੀ ਸਾਹਿਬ, ਆਪਾਂ ਹਰਿਆਣੇ ਦੀ ਗੱਲ ਕਰ ਰਹੇ ਸੀ, ਇੱਕ ਖਬਰ ਇਸ ਤਰ੍ਹਾਂ ਦੀ ਵੀ ਕੱਲ੍ਹ ਸਾਡੇ ਸਾਹਮਣੇ ਆਈ ਆ ਕਿ ਹਿਮਾਚਲ ਨੇ ਦਿੱਲੀ ਦੇ ਨਾਲ ਇੱਕ ਸਮਝੌਤਾ ਕੀਤਾ ਪਾਣੀਆਂ ਦੇ ਮੁੱਦੇ 'ਤੇ, ਕਿ ਦਿੱਲੀ ਨੂੰ ਹਿਮਾਚਲ ਆਪਣੇ ਹਿੱਸੇ ਦਾ ਪਾਣੀ ਦਊਗਾ ਕੁਛ, ਉਹਦਾ ਵੇਵਜ ਦੇ ਵਿੱਚ 21 ਕਰੋੜ ਰੁਪਈਆ ਜਿਹੜਾ ਸਾਲਾਨਾ ਵਾ ਉਹ ਹਿਮਾਚਲ ਆ ਜਿਹੜਾ ਉਹ ਦਿੱਲੀ ਤੋਂ ਲਊਗਾ। ਸੋ ਇੱਕ ਤਾਂ ਇਹ ਹੋ ਗਿਆ ਕਿ ਹਿਮਾਚਲ ਨੇ ਦਿੱਲੀ ਨਾਲ ਸਮਝੌਤਾ ਕਰ ਲਿਆ, ਪਾਣੀ ਦਾ ਮੁੱਲ ਪਾ ਲਿਆ। ਸੋ ਹੁਣ ਜਦੋਂ ਪਾਣੀ ਦਾ ਮੁੱਲ ਪੈ ਗਿਆ, ਉਹ ਤੋਂ ਬਾਅਦ ਜਿਹੜੀ ਇੱਥੇ ਆਪਣੇ ਪੰਜਾਬ 'ਚ ਵੀ ਬੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਆ ਕਿ ਹਰਿਆਣੇ ਨੂੰ, ਰਾਜਸਥਾਨ ਨੂੰ ਜਿਹੜਾ ਪੰਜਾਬ ਦਾ ਪਾਣੀ ਜਾ ਰਿਹਾ ਉਹਦਾ ਮੁੱਲ ਆ ਜਿਹੜਾ ਉਹ ਲਿਆ ਜਾਵੇ, ਉਹਦੇ ਪੈਸੇ ਲਏ ਜਾਣ। ਸੋ ਇਹ ਹੁਣ ਜਦੋਂ ਗੱਲ ਹਕੀਕੀ ਰੂਪ ਸਾਹਮਣੇ ਆ ਗਈ, ਭਾਵੇਂ ਕਿ ਅੰਗਰੇਜ਼ਾਂ ਵੇਲੇ ਵੀ ਸੀ ਕਿ ਪੰਜਾਬ ਨੂੰ ਮੁੱਲ ਮਿਲਦਾ ਸੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਸੀ, ਪਰੰਤੂ ਉਸ ਤੋਂ ਬਾਅਦ ਆ ਜਿਹੜਾ ਉਹ ਪੰਜਾਬ ਦਾ ਪਾਣੀ ਆ ਜਿਹੜਾ ਆਜ਼ਾਦੀ ਤੋਂ ਬਾਅਦ ਉਹਦੇ 'ਤੇ ਡਾਕਾ ਪੈ ਗਿਆ, ਖੋਲਿਆ ਉਹਨਾਂ ਨੇ ਧੱਕੇ ਨਾਲ ਖੋਲਿਆ, ਹੁਣ ਪਾਣੀਆਂ ਦਾ ਮੁੱਲ ਆ ਜਿਹੜਾ ਉਹ ਪੈ ਗਿਆ, ਮੁੱਲ ਵੱਟਣਾ ਵੀ ਸ਼ੁਰੂ ਹੋ ਗਿਆ। ਹਿਮਾਚਲ ਨੇ 21 ਕਰੋੜ ਰੁਪਈਆ ਸਾਲਾਨਾ ਲੈਣਾ ਜਿਹੜਾ ਉਹ ਅਗਲੇ ਸਾਲ ਸ਼ੁਰੂ ਕਰ ਦੇਣਾ। ਸੋ ਇਹਨੂੰ ਹੁਣ ਤੁਸੀਂ ਕੀ ਦੇਖਦੇ ਹੋ ਕਿ ਇਹ ਪੰਜਾਬ ਦੇ ਪਾਣੀ ਜਾਂ ਜੋ ਕੁਛ ਪੰਜਾਬ ਪਾਣੀਆਂ ਦਾ ਵਿਵਾਦ ਆ ਉਹਦੇ 'ਤੇ ਕੀ ਪ੍ਰਭਾਵ ਪਾਊਗਾ? ਪਾਣੀਆਂ ਦੇ ਵਿਵਾਦ 'ਤੇ ਤਾਂ ਚਲੋ ਕੀ ਇਹਦਾ ਪ੍ਰਭਾਵ ਪੈਣਾ, ਇਹਦੇ ਨਾਲ ਜਿਹੜਾ ਪੰਜਾਬ ਦਾ ਦਵਾ ਜੀ ਵੀ ਪੰਜਾਬ ਦਾ ਪਾਣੀ ਦਾ ਮੁੱਲ ਮੰਗਿਆ ਜਾਣਾ ਚਾਹੀਦਾ ਜੀ, ਜਿਹੜੇ ਵੀ ਸੂਬਿਆਂ ਨੂੰ ਜਾਂਦਾ ਉਹ ਹੋਰ ਇੱਕ ਵਾਰੀ ਪੁਖਤਾ ਹੋਇਆ ਜੀ। 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ 'ਚ ਜੀ ਇੱਕ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਅਤੇ ਗੁਆਂਢੀ ਰਾਜਾਂ ਨੂੰ ਜਿਹੜਾ ਪਾਣੀ ਜਾਂਦਾ ਉਹਨਾਂ ਨੂੰ ਪਾਣੀ ਦਾ ਬਿੱਲ ਭੇਜਿਆ ਜਾਵੇ ਜੀ ਕਿ ਸਾਡਾ ਇੰਨਾ ਪੈਸਾ ਬਣ ਗਿਆ ਤੁਹਾਡੇ ਵੱਲ ਅਤੇ ਸਾਨੂੰ ਪੈਸੇ ਦਿਓ। ਉਹਦੇ 'ਤੇ ਪੰਜਾਬ ਸਰਕਾਰ ਹੀ ਅਮਲ ਨਹੀਂ ਕਰ ਰਹੀ ਜੀ। ਦੇਖੋ ਹਰਿਆਣਾ ਦਿੱਲੀ ਤੋਂ ਪੈਸੇ ਲੈਂਦਾ ਜੀ, ਹਿਮਾਚਲ ਦਿੱਲੀ ਤੋਂ ਪੈਸੇ ਲੈਂਦਾ ਪਾਣੀ ਦੇ ਜੀ, ਜਿਹੜਾ ਹਰਿਆਣੇ ਦੇ ਵਿੱਚ ਦੀ ਹੋ ਕੇ ਪਾਣੀ ਜਾਂਦਾ ਉਹ ਪੰਜਾਬ ਦਾ ਪਾਣੀ ਹੈ ਜੀ। ਪੰਜਾਬ ਦਾ ਪਾਣੀ ਬੜਿਆ ਹਰਿਆਣੇ 'ਚ ਅਤੇ ਉਹ ਗਾਂ ਗਿਆ ਦਿੱਲੀ ਨੂੰ, ਦਿੱਲੀ ਵੜਦਿਆਂ ਨੂੰ ਜਿਹੜਾ ਦਿੱਲੀ ਜਲ ਬੋਰਡ ਦੇ ਵੱਡੇ ਵੱਡੇ ਉਹਨਾਂ ਨੇ ਬਣਾਏ ਹੋਏ ਆ ਭੰਡਾਰ, ਉਹ ਆਹੀ ਪੰਜਾਬ ਦਾ ਹੀ ਪਾਣੀ ਆ ਜਿਹੜਾ ਪੱਕੀ ਨਹਿਰ ਦੇ ਵਿੱਚ ਦੇ ਹੋ ਕੇ ਜਾਂਦਾ। ਹਰਿਆਣਾ ਪੈਸੇ ਲੈ ਰਿਹਾ, ਪੰਜਾਬ ਮੰਗ ਨਹੀਂ ਰਿਹਾ ਜੀ। ਹਿਮਾਚਲ ਪੈਸੇ ਲੈ ਰਿਹਾ, ਪੰਜਾਬ ਮੰਗ ਨਹੀਂ ਰਿਹਾ ਜੀ। ਰਾਜਸਥਾਨ ਨੂੰ ਫ੍ਰੀ ਪਾਣੀ ਜਾ ਰਿਹਾ ਜੀ, ਪੰਜਾਬ ਪੈਸੇ ਮੰਗ ਨਹੀਂ ਰਿਹਾ ਜੀ। ਦੇਖੋ ਇੱਕ ਜਿਹੜਾ ਬੜਾ ਧੱਕੇਸ਼ਾਹੀ ਵਾਲਾ ਫੈਸਲਾ ਜੀ ਹੋਇਆ ਸੀ ਜੀ ਪੰਜਾਬ ਦੇ ਖਿਲਾਫ ਜੀ, ਜਨਵਰੀ 1955 ਨੂੰ ਜੀ, ਉਦੋਂ ਹਰਿਆਣਾ ਹਿਮਾਚਲ ਨਹੀਂ ਸੀ ਬਣੇ, ਬਿਲਕੁਲ ਪੰਜਾਬ ਦੇ ਪੈਪਸੂ ਸੀਗੇ ਜੀ। ਉਹਦੇ 'ਚ ਪਾਣੀ ਵੰਡਦਾ ਜੀ 17 ਪੁਆਇੰਟ ਕੁਛ ਪਾਣੀ ਸੀ, ਉਹਦੇ 'ਚੋਂ 8 ਜੀ ਹਿੱਸੇ ਆ ਜਿਹੜੇ ਰਾਜਸਥਾਨ ਨੂੰ ਦਿੱਤਾ, ਜਿਹੜੇ ਅੱਧਾ ਪਾਣੀ ਜਮਾਂ ਧੱਕੇਸ਼ਾਹੀ ਵਾਲਾ ਫੈਸਲਾ ਸੀ ਜੀ। ਇੰਨੇ ਧੱਕੇਸ਼ਾਹੀ ਵਾਲੇ ਫੈਸਲੇ ਦੇ ਉੱਤੇ ਸੀਕਰੇਟ ਲਿਖਿਆ ਗਿਆ ਜੀ ਵੀ ਇਹ ਬਾਹਰ ਨਾ ਪਤਾ ਲੱਗ ਜਾਵੇ, ਐਗਰੀਮੈਂਟ ਆ ਜਾਂ ਕੋਈ ਮਤਲਬ ਸਰਕਾਰ ਦਾ ਫੈਸਲਾ ਵੀ ਇੱਕ ਕਲਾਸ ਲਿਖੀ ਗਈ ਪਾਣੀ ਦੀ ਕੀਮਤ ਦਾ ਫੈਸਲਾ ਬਾਅਦ ਚ ਕੀਤਾ ਜਾਊ, ਠੀਕ ਹੈ। ਧੱਕੇਸ਼ਾਹੀ ਸਮਾਨ ਅੱਜ ਦੇ ਦੋ ਮੁੱਲ ਆਪਾਂ ਬਾਅਦ ਚ ਪਾਵਾਂਗੇ ਤੇ ਮੁੱਲ ਬਾਅਦ ਚ ਲਿਆ ਜਾਊ। ਮੈਂ ਤਾਂ ਇਹ ਗੱਲ ਕਰਦਾ ਵੀ ਜਿਹੜਾ ਇੰਨੇ ਧੱਕੇਸ਼ਾਹੀ ਵਾਲਾ ਫੈਸਲਾ ਸੀ ਪਾਣੀ ਦੀ ਕੀਮਤ ਦੀ ਕਲਾਸ ਉਹ ਚ ਵੀ ਸੀਗੀ ਜੀ, ਪਰ ਪੰਜਾਬ ਅੱਜ ਥਾਈ ਉਹਨੂੰ ਛੇੜਿਆ ਨੇ ਵੀ ਇਹ ਕਿੱਦਣ ਤੁਸੀਂ ਫੈਸਲਾ ਕਰਨਾ।
ਯਾਰ ਐਸੇ ਪਾਣੀ ਕਰਦੇ ਆ ਬੰਦ, ਜਿੱਦਾਂ ਨੂੰ ਪੈਸੇ ਦੇ ਦਿਓਗੇ ਪਾਣੀ ਖੋਲ ਦਿਆਂਗੇ। ਹੁਣ ਦੇਖੋ ਬਿਜਲੀ ਬੋਰਡ ਆਪਾਂ ਨੂੰ ਬਿਜਲੀ ਦਾ ਕਨੈਕਸ਼ਨ ਦਿੰਦਾ ਜੀ, ਜੇ ਆਪਾਂ ਉਹਦੇ ਪੈਸੇ ਨਾ ਬਿੱਲ ਤਾਰੀਏ ਕੱਟ ਜਾਂਦੇ ਨੇ, ਕਨੈਕਸ਼ਨ ਕੱਟ ਜਾਂਦੇ, ਪੈਸੇ ਆਪਾਂ ਤਾਂ ਹੀ ਭਰਦੇ ਹਾਂ ਵੀ ਉਹ ਤੋਂ ਬਿਨਾਂ ਬਿਜਲੀ ਨਹੀਂ ਚਾਲੂ ਹੋਣੀ। ਦੇਖੋ ਹੁਣ ਤੁਸੀਂ ਉਹਨਾਂ ਦਾ ਕਨੈਕਸ਼ਨ ਤਾਂ ਕੱਟੋ ਦੇਖੋ, ਰਾਜਸਥਾਨ ਦਾ ਫਿਰ ਉਹ ਦਿਖਾਉਂਦੇ ਫਿਰਨਗੇ ਕੀ ਸਮਝੌਤਾ ਕੀ ਹੈਗਾ। ਦੇਖੋ ਤੁਸੀਂ ਫੇਰ ਹੀ ਰੋਲਾ ਪਾਉਣਗੇ, ਨਹੀਂ ਜੀ ਨਹੀਂ ਐ ਤਾਂ ਹੈ ਹੀ ਨਹੀਂ ਸੀ, ਐ ਜੀ ਫਿਰ ਤੇ ਆ ਕੀ ਆ, ਫੇਰ ਹੀ ਗੱਲ ਹੋ। ਦੇਖੋ ਜਦੋਂ ਕੁਸਕਦਾ ਹੀ ਨਹੀਂ ਪੰਜਾਬ ਹੀ ਨਹੀਂ ਕੁਸਕਦਾ, ਪਤਾ ਨਹੀਂ ਹੁਣ ਇਹ ਜਿਹੜੇ ਲੀਡਰ ਨੇ ਇਹ ਕੁਛ ਬਾਹਰੋਂ ਬਾਹਰ ਕੀਮਤ ਲੈ ਲੈਂਦੇ ਆ ਜੀ, ਜਾਂ ਕੁਛ ਕੋਈ ਹੋਰ ਸਿਆਸੀ ਰੇਤਾਂ ਲੈ ਲੈਂਦੇ ਜੀ, ਪਤਾ ਨਹੀਂ ਹੁਣ ਰਾਜਸਥਾਨ ਜਾਂ ਸੈਂਟਰ ਕੀ ਇਹਨਾਂ ਨੂੰ। ਦੇਖੋ ਇੱਕ ਇੱਕ ਗੱਲ ਤਾਂ ਹੈਗੀ ਆ ਮੰਡਿਆਣੀ ਸਾਹਿਬ, ਮੈਂ ਇਹੀ ਸਵਾਲ ਤੁਹਾਡੇ ਉੱਤੇ ਕਰਨ ਲੱਗਿਆ ਸੀਗਾ ਕਿ ਪੰਜਾਬ ਦਾ ਪਾਣੀ ਆ ਜਿਹੜਾ ਉਹ ਜਾ ਰਿਹਾ ਵਾ, ਹਰਿਆਣੇ ਨੂੰ ਵੀ ਜਾ ਰਿਹਾ, ਰਾਜਸਥਾਨ ਨੂੰ ਵੀ ਜਾ ਰਿਹਾ, ਕਿ ਜਿਹੜੇ ਦੋਨੇ ਰਿਪੇਰੀਅਨ ਸੂਬੇ ਨਹੀਂ ਹੈਗੇ ਜਿਹਨਾਂ ਦਾ ਕੋਈ ਪੰਜਾਬ ਦੇ ਪਾਣੀ 'ਤੇ ਕਿਸੇ ਤਰ੍ਹਾਂ ਦਾ ਵੀ ਹੱਕ ਆ ਜਿਹੜਾ ਉਹ ਨਹੀਂ ਬਣਦਾ, ਪਰ ਉਹਨਾਂ ਨੂੰ ਪਾਣੀ ਆ ਜਿਹੜਾ ਉਹ ਜਾ ਰਿਹਾ, ਜਿਵੇਂ ਤੁਸੀਂ ਦੱਸਿਆ ਕਿ ਅੱਧਾ ਪਾਣੀ ਤਾਂ ਰਾਜ ਸਿੱਧਾ ਰਾਜਸਥਾਨ ਨੂੰ ਜਾ ਰਿਹਾ, ਬਾਕੀ ਆ ਜਿਹੜਾ ਬਾਕੀ 'ਚੋਂ ਅੱਧਾ ਵਾ ਜਿਹੜਾ ਉਹ ਹਰਿਆਣੇ ਨੂੰ ਜਾ ਰਿਹਾ। ਸੋ ਉਸ ਦੇ ਬਾਵਜੂਦ ਪੰਜਾਬ ਆ ਜਿਹੜਾ ਉਹ ਪਾਣੀ ਦੇ ਪੈਸੇ ਮੰਗਣ ਤੋਂ ਸ਼ਰਮਾ ਰਿਹਾ, ਡਰ ਰਿਹਾ, ਕਿਉਂ? ਇੱਕ ਵਾਰੀ ਪੰਜਾਬ ਦੀ ਇੱਕ ਔਰਗਨਾਈਜੇਸ਼ਨ ਆ ਇੰਟਰਨੈਸ਼ਨਲ ਹਿਊਮਨ ਰਾਈਟਸ ਔਰਗਨਾਈਜੇਸ਼ਨ ਜੀ, ਉਹਨਾਂ ਨੇ ਪਾਣੀ ਦਾ ਬਿੱਲ ਭੇਜਿਆ ਸੀ ਠੀਕ ਹੈ ਰਾਜਸਥਾਨ ਨੂੰ ਜੀ, ਰਾਜਸਥਾਨ ਨੇ ਉਹਦੇ ਜਵਾਬ 'ਚ ਇਹ ਲਿਖਿਆ ਵੀ ਇਹ ਤਾਂ ਜਦੋਂ ਪੰਜਾਬ ਸਰਕਾਰ ਬਿੱਲ ਭੇਜੂ ਅਸੀਂ ਫਿਰ ਇਹ 'ਤੇ ਗੌਰ ਕਰਾਂਗੇ ਠੀਕ ਹੈ। ਚਲੋ ਉਹ ਤਾਂ ਇੱਕ ਹੋ ਗਿਆ ਵੀ ਉਹਨਾਂ ਦੀ ਚਿੱਠੀ ਪੱਤਰ ਆ ਜੀ, ਪੰਜਾਬ ਵਿਧਾਨ ਸਭਾ ਮਤਾ ਪਾਸ ਕਰੀ ਬੈਠੀ ਹੈ ਜੀ, ਬਿੱਲ ਭੇਜਣਾ, ਬਿੱਲ ਭੇਜਣਾ ਵੇਖੋ, ਤੇ 16 ਦੇ ਅੱਜ ਹੋ ਗਿਆ 19, 3 ਸਾਲ ਲੰਘੇ, ਹਾਂ 3 ਸਾਲ ਲੰਘੇ ਆ ਜੀ, ਤੇ ਉਹਦਾ ਅੱਜ ਤੱਕ ਬਿੱਲ ਨਹੀਂ ਭੇਜਿਆ ਗਿਆ। ਪੰਜਾਬ ਇੱਕ ਪਾਸੇ ਗੱਲ ਕੀਤੀ ਜਾਂਦੀ ਆ ਕਿ ਪੰਜਾਬ ਦੇ ਸਿਰ 2,25,00,000 ਕਰੋੜ ਰੁਪਈਏ ਦਾ ਕੇਂਦਰ ਦਾ ਕਰਜ਼ਾ, ਉਹਦੀ ਜਿਹੜੀ ਵਿਆਜ ਆ ਉਹ ਵੀ ਪੰਜਾਬ ਤੋਂ ਦਿੱਤੀ ਨਹੀਂ ਜਾ ਰਹੀ, ਉਹ ਕਈ ਵਾਰ ਹੱਥ ਖੜੇ ਕਰ ਦਿੰਦਾ ਵਾ, ਓਵਰਡਰਾਫਟ ਆ ਜਿਹੜਾ ਉਹ ਲੈਣਾ ਪੈਂਦਾ, ਸਰਕਾਰ ਹੱਥ ਖੜੇ ਕਰ ਦਿੰਦੀ ਆ, RBI ਹੱਥ ਖੜੇ ਕਰ ਦਿੰਦੀ ਆ, 3-3 ਮਹੀਨੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ, ਅਤੇ ਦੂਜੇ ਪਾਸੇ ਪੰਜਾਬ ਆ ਜਿਹੜਾ ਉਹ ਆਪਣਾ ਜਿਹੜਾ ਉਹਦਾ ਅਧਿਕਾਰ ਆ ਜਿਹੜਾ ਉਹਦਾ ਹੱਕ ਆ ਕਿ ਉਹਦਾ ਪਾਣੀ ਗਿਆ ਵਾ, ਪਾਣੀ ਦਾ ਮੁੱਲ ਆ ਜਿਹੜਾ ਉਹ ਲੈਣਾ, ਉਹਦੇ ਲਈ ਇੱਕ ਬਿੱਲ ਤੱਕ ਭੇਜਣ ਨੂੰ ਤਿਆਰ ਨਹੀਂ। ਜਦੋਂ ਆਪਾਂ ਕਿਸੇ ਤੋਂ ਉਧਾਰ ਪੈਸੇ ਲੈਣੇ ਆ ਉਧਾਰ ਮੜਵਾਉਣਾ ਦੇਖੋ, ਤੇ ਆਪਾਂ ਉਹਦੇ ਬਾਹਰ ਤੇ ਨਾ ਜਾਈਏ ਜੀ, ਉਹਨੂੰ ਕਿਉਂ ਦੇਊਗਾ, ਕਿਉਂ ਦੇਊਗਾ, ਕੀ ਲੋੜ ਆ? ਦੇਖੋ ਦੇਖੋ ਇੱਕ 66 ਦੇ ਵਿੱਚ ਵੰਡ ਹੋਈ ਜੀ ਹਿਮਾਚਲ ਹਰਿਆਣੇ ਦੇ, ਦੇਖੋ ਪੰਜਾਬ ਦੀ ਜੀ, ਤਾਂ ਹਿਮਾਚਲ ਸਰਕਾਰ ਨੇ ਜੀ ਬਿੱਲ ਭੇਜਿਆ ਆਪਣੇ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਨੂੰ। ਅੱਛਾ, ਕਿਉਂਕਿ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਬਿਜਲੀ ਆ ਉਹਦੇ 'ਚ ਰਾਜਸਥਾਨ ਨੂੰ ਵੀ ਹਿੱਸੇਦਾਰ ਬਣਾਇਆ ਜੀ, ਉਹ ਕਹਿੰਦੇ ਵੀ ਜਿਹੜਾ ਸਾਡਾ ਸ਼ੇਅਰ ਆ ਜੀ ਉਹ ਤੁਸੀਂ ਸਾਨੂੰ ਘੱਟ ਦਿੱਤਾ, ਇਹਦੇ ਸਾਨੂੰ ਜਿਹੜਾ ਵੱਧ ਲੈ ਚੁੱਕੇ ਉਹਦੇ ਪੈਸੇ ਦਿਓ ਅਤੇ ਸ਼ੇਅਰ ਸਾਡਾ ਵਧਾਓ, ਇਹਨਾਂ ਨੇ ਗੱਲ ਗੋਲੀ ਨਾ ਜੀ। ਹਿਮਾਚਲ ਸੁਪਰੀਮ ਕੋਰਟ ਚਲਿਆ ਗਿਆ ਜੀ, ਸੁਪਰੀਮ ਕੋਰਟ ਤੋਂ ਉਹਨਾਂ ਨੇ 4,400 ਕਰੋੜ ਰੁਪਈਏ ਦਾ ਬਿਲਕੁਲ ਵੀ ਸਾਡਾ 4,400 ਕਰੋੜ ਰੁਪਈਏ ਦੀ ਬਿਜਲੀ ਵਧੂ ਲੈ ਗਏ ਜੀ, ਤਾਂ ਸੁਪਰੀਮ ਕੋਰਟ ਨੇ ਕੈਲਕੂਲੇਟ ਕਰਕੇ ਕਹਿੰਦੇ ਵੀ 4,400 ਕਰੋੜ ਦੀ ਤਾਂ ਨਹੀਂ 2,900 ਕਰੋੜ ਦੀ ਬਣਦੀ ਆ। ਅੱਛਾ, ਚਲੋ 2,900 ਕਰੋੜ ਦੀ ਉਹਨਾਂ ਦੇ ਹੱਕ 'ਚ ਡਿਗਰੀ ਪਾਸ ਕਰਦੇ ਜੀ। ਇਹ ਕਿਹਾ ਸੁਪਰੀਮ ਕੋਰਟ ਨੇ ਵੀ ਇਹ ਤਿੰਨੇ ਸੂਬੇ ਜੀ
ਜਾਂ ਤਾਂ ਇਹਨੂੰ 2900 ਕਰੋੜ ਰੁਪਈਆ ਦਿਓ ਤੇ ਨਹੀਂ 35 ਸਾਲ ਜਿਹੜੀ ਤੁਸੀਂ ਇਹਦੀ ਬਿਜਲੀ ਵੱਧ ਵਰਤ ਲਈ ਆ ਵਾਪਸ ਦਿਓ, ਉਹਨੇ ਬਿਜਲੀ ਇਹਨੂੰ ਵੱਧ ਦਿਓ ਜੀ। ਦੇਖੋ ਜਿੱਥੇ ਤੱਕ ਤਾਂ ਬਿਜਲੀ ਦਾ ਤਲਕ ਆ ਉਹਨੇ ਆਪਦੇ ਮੁੜਵਾ ਲਏ ਨਾ ਪੈਸੇ, ਦੇਖੋ ਪਿਛਲਾ ਬਕਾਇਆ ਵੀ ਲੈ ਲਿਆ ਤਾਂ ਗਾਹ ਨੂੰ ਵੀ ਲੈਣ ਦਾ ਹੱਕਦਾਰ। ਇੱਥੇ ਪਾਣੀ ਦਾ ਇਹ ਜਿਹੜਾ ਕੁਮੇਦਾਨ ਸਾਹਿਬ ਨੇ ਬਿੱਲ ਬਣਾਇਆ ਸੀ 2016 ਤੱਕ, ਠੀਕ ਹੈ 16 ਲੱਖ ਕਰੋੜ ਰੁਪਈਆ ਬਣਦਾ ਸੀ, 16 ਲੱਖ ਕਰੋੜ, ਉਹ ਵੀ ਮੁੱਲ ਵੀ ਜਿਹੜਾ ਕਿ ਸੈਂਟਰਲ ਵਾਟਰ ਕਮਿਸ਼ਨ ਨੇ ਉਹਦਾ ਪਾਇਆ ਹੋਇਆ ਉਸ ਮੁੱਲ ਦੇ ਮੁਤਾਬਕ ਜੀ। ਤਾਂ 2 ਲੱਖ ਕਰੋੜ ਦਾ ਜਾਂ 4 ਲੱਖ ਕਰੋੜ ਦਾ ਕਰਜ਼ਾ ਹੋਊਗਾ ਪੰਜਾਬ ਸਰਕਾਰ, 2.5 ਲੱਖ ਕਰੋੜ ਜੀ, ਤੇ ਹੋਰ ਕਿਸਾਨਾਂ ਦਾ ਪਾ ਕੇ 4 ਬਣ ਗਿਆ, ਬਿਲਕੁਲ 4 ਬਣ ਜੂਗਾ ਟੋਟਲ, ਮਤਲਬ ਸਾਰਾ ਮਤਲਬ ਜਿਹੜਾ ਪੰਜਾਬ ਦਾ ਕਿਸਾਨ ਮਜ਼ਦੂਰ ਜਿੰਨੇ ਵੀ ਕਰਜ਼ਈ ਨੇ ਤੇ ਜਿੰਨਾ ਪੰਜਾਬ ਸਿਰ ਸੈਂਟਰ ਦਾ ਕਰਜ਼ਾ ਵਾ ਇਹ ਉਹ ਸਾਰਾ ਲਾ ਕੇ ਵੀ ਸਾਡੇ ਕੋਲ ਆ ਜਿਹੜਾ ਉਹ। ਮੈਂ ਇੱਕ ਆਰਟੀਕਲ ਲਿਖਿਆ ਸੀਗਾ ਜੀ 2016 ਚ ਜੀ, ਵੀ ਜਿੰਨੇ ਪੰਜਾਬ ਦੇ ਬੇਰੁਜ਼ਗਾਰੀ ਦੇ ਅੰਕੜੇ ਨੇ ਬਿਲਕੁਲ, ਤੇ 16 ਲੱਖ ਕਰੋੜ ਦਾ ਜਿਹੜਾ ਵਿਆਜ ਆਉਣਾ ਬਿਲਕੁਲ ਬੈਂਕ ਵਿਆਜ, ਉਹਦੇ ਵਿਆਜ ਨਾਲ ਵੀ ਉਹਨਾਂ ਨੂੰ ਇੰਨਾ ਮਹਿੰਗਾਈ ਆਪਣਾ ਬੇਰੁਜ਼ਗਾਰੀ ਦਿੱਤਾ ਜਾ ਸਕਦਾ ਜਿੰਨੀ ਉਹਨਾਂ ਨੂੰ ਤਨਖਾਹ ਮਿਲਣੀ ਬਿਲਕੁਲ। ਹੁਣ ਤੁਸੀਂ ਸਾਡੀ ਬੇਰੁਜ਼ਗਾਰੀ ਤਾਂ ਉੱਥੇ ਖਤਮ ਹੋ ਗਈ, ਸਾਡੇ ਕਿਸਾਨੀ ਦਾ ਕਰਜ਼ਾ ਉੱਥੇ ਖਤਮ ਹੋ ਗਿਆ, ਜਿਹੜਾ ਸਾਡਾ ਸੈਂਟਰ ਦਾ ਕਰਜ਼ਾ ਪੰਜਾਬ ਦਾ ਖੁਸ਼ਹਾਲ ਆ ਤੇ ਉਹਨਾਂ ਨਾਲ ਲੜਾਈ ਲੜਨੀ ਤਾਂ ਅੱਡੇ ਤਾਂ ਉਹਦੇ ਗੱਲ ਵੀ ਨਹੀਂ ਛੇੜਦੇ, ਲੜਾਈ ਤਾਂ ਬਹੁਤ ਦੂਰ ਦੀ ਗੱਲ ਆ, ਬਿੱਲ ਨਹੀਂ ਅਜੇ ਤੱਕ ਭੇਜਿਆ ਗਿਆ 3 ਸਾਲਾਂ 'ਚ, ਬਿੱਲ ਹੀ ਨਹੀਂ ਭੇਜਿਆ ਗਿਆ ਤਾਂ ਆਪਾਂ ਲੜਾਈ ਕਿਹਦੀ ਲੜਾਂਗੇ, ਆਪਾਂ ਮੰਗ ਕੀ ਕਰਾਂਗੇ, ਕਿਉਂਕਿ ਅਗਲਿਆਂ ਨੇ ਤਾਂ ਕੋਈ ਜਵਾਬ ਦੇਣਾ ਜੀ ਅਜੇ ਤਾਂ ਤੁਹਾਡੇ ਤੋਂ ਬਿੱਲ ਮੰਗਿਆ ਤੁਸੀਂ ਅੱਜ ਤੱਕ ਬਿੱਲ ਹੀ ਨਹੀਂ ਦਿੱਤਾ, ਬਾਕੀ ਗੱਲਾਂ ਤਾਂ ਬਾਅਦ ਦੀਆਂ ਨੇ। ਈਵਨ ਕਿ ਜਿਹੜਾ ਕੇਜਰੀਵਾਲ ਮੁੱਖ ਮੰਤਰੀ ਆ ਉਹ ਵੀ ਬਿਆਨ ਦੇ ਚੁੱਕਿਆ ਵੀ 50 ਬਿੱਲ ਤਾਂ ਭੇਜੇ ਬਿਲਕੁਲ, ਫਿਰ ਅਸੀਂ ਗੌਰ ਕਰ ਲੈਂਦੇ ਹਾਂ ਬਿਲਕੁਲ, ਜਦੋਂ ਹਰਿਆਣੇ ਨੂੰ ਦਿੰਦਾ ਤੇ ਫਿਰ ਪੰਜਾਬ ਨੂੰ ਦੇਣ ਚੋਂ ਕੀ ਆ, ਉਹ ਤਾਂ ਹੁਣ ਦੇਖੋ ਗੱਲ ਇਹ ਤਾਂ ਬਿਲਕੁਲ ਸਾਫ਼ ਹੋ ਗਿਆ, ਹਰਿਆਣੇ ਨੂੰ ਦੇ ਰਿਹਾ ਹਿਮਾਚਲ ਨੂੰ ਦੇ ਰਿਹਾ ਤੇ ਫਿਰ ਪੰਜਾਬ ਜਿਹੜਾ ਦਾਅਵਾ ਕਰੂਗਾ ਉਹਨੂੰ ਕਿਉਂ ਨਹੀਂ ਦਊਗਾ, ਉਹ ਦੇਣਾ ਪੈਣਾ ਉਹਨੂੰ। ਪਰੰਤੂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਕਿਹੜਾ ਦਬਾਅ ਆ, ਕਿਹੜਾ ਲਾਲਚ ਆ, ਕਿਹੜੀ ਲਾਲਸਾ, ਕਿਹੜਾ ਲੋਭ ਆ, ਉਹ ਤਾਂ ਆਪਾਂ ਮਤਲਬ ਲੱਗਦਾ ਪਰਦੇ ਦੇ ਪਿੱਛੇ ਆ, ਪਰੰਤੂ ਪੰਜਾਬ ਦਾ ਇੰਨਾ ਕੀਮਤੀ ਖਜ਼ਾਨਾ ਜਿਹੜਾ ਲੁਟਾਇਆ ਜਾ ਰਿਹਾ ਉਹ ਉਸ ਤੋਂ ਵੱਡੀ ਬੇਈਮਾਨੀ ਪੰਜਾਬ ਦੇ ਨਾਲ ਇਹ ਪੰਜਾਬ ਦੇ ਹਾਕਮ ਨਹੀਂ ਕਰ ਸਕਦੇ। ਸੋ ਮੁੰਡਿਆਣੀ ਸਾਹਿਬ ਇੱਕ ਬੜੀ ਵਿਵਾਦਬਾਦ ਉਹਦੇ 'ਤੇ ਵੀ ਹੋਇਆ ਹੋਇਆ ਵਾ, ਜਿਹੜੀ ਆਪਾਂ ਅੱਗੇ ਵੀ ਮਤਲਬ ਗੱਲ ਕੀਤੀ ਸੀ ਕਿ ਜਿਹੜੀ ਉੜੀਸਾ ਦੀ ਸਰਕਾਰ ਆ ਉਹਨੇ ਜਿਹੜਾ ਉੱਥੇ ਜਗਨਨਾਥਪੁਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਯਾਦਗਾਰ ਸੀ ਮੰਗੂ ਮੱਠ, ਉਹਨੂੰ ਉਹਨੇ ਮਤਲਬ ਢਾਉਣ ਦਾ ਜਿਹੜਾ ਉਹ ਜਿਹੜਾ ਉਹਦੇ ਆਸੇ ਪਾਸੇ ਆਲਾ ਦੁਆਲਾ ਜਿਹੜਾ ਉਹ ਤਕਰੀਬਨ ਢਾਹ ਹੀ ਦਿੱਤਾ, ਉਹ ਮੱਠ ਆ ਜਿਹੜਾ ਉਹ ਹਾਲੇ ਤੱਕ ਜਿਹੜਾ ਕੁਛ ਉਸ ਰੂਪ ਦੇ ਵਿੱਚ ਖੜ੍ਹਾ ਵਾ। ਉਸ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਆਪਣਾ ਦਾਅਵਾ ਕਰ ਰਹੀ ਆ ਕਿ ਦੇਖੋ ਜੀ ਅਸੀਂ ਸਾਰਾ ਕੁਛ ਕੀਤਾ, ਉੱਧਰੋਂ ਬੈਂਸ ਭਰਾ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਧਰਨਾ ਵੀ ਲਾਇਆ ਵਾ, ਮਾਰਚ ਵੀ ਰੋਸ ਮਾਰਚ ਵੀ ਕੀਤਾ ਵਾ, ਉੱਥੋਂ ਦੇ ਰਾਜਪਾਲ ਨੂੰ ਵੀ ਮਿਲੇ ਵੀ ਨੇ, ਗ੍ਰਹਿ ਮੰਤਰੀ ਨੂੰ ਮਿਲੇ, ਉਹਨਾਂ ਨੇ ਵੀ ਆ ਕੇ ਉਹੀ ਗੱਲ ਕਹਿਤੀ ਵੀ ਅਸੀਂ ਵੀ ਸਾਰਾ ਕੁਛ ਕਰਾਇਆ ਆ, ਕਿ ਉੜੀਸਾ ਸਰਕਾਰ ਆ ਜਿਹੜੀ ਉਹ ਇਸ ਗੱਲ ਲਈ ਤਿਆਰ ਹੋ ਗਈ ਆ ਕਿ ਉਹ ਗੁਰੂ ਸਾਹਿਬ ਦੀ ਯਾਦਗਾਰ ਆ ਜਿਹੜੀ ਉਹ ਸ਼ਾਨਦਾਰ ਢੰਗ ਦੇ ਨਾਲ ਸਿੱਖਾਂ ਨੂੰ ਬਣਾ ਕੇ ਦਊਗੀ, ਹੋਰ ਸਹੂਲਤਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਕਹਿ ਰਹੀ ਆ ਬੈਂਸ ਭਰਾ ਗੁੰਮਰਾਹ ਕਰ ਰਹੇ ਨੇ ਕੌਮ ਨੂੰ, ਬੈਂਸ ਭਰਾ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਕੁਛ ਕੀਤਾ ਹੀ ਨਹੀਂ, ਜੋ ਕੁਛ ਕੀਤਾ ਅਸੀਂ ਕੀਤਾ, ਇਹ ਸਾਰਾ ਕੀ ਆ ਗਵਾਦ? ਦੇਖੋ ਸ਼੍ਰੋਮਣੀ ਕਮੇਟੀ ਦਾ ਵਕਤ ਗਿਆ ਜੀ, ਇਹਨਾਂ ਦਾ ਕਲੀਨ ਚਿੱਟ ਦੇ ਕੰਮ ਪਹਿਲਾਂ ਗਿਆ ਸੀ, ਗੱਲ ਮੁੱਕੀ। ਹੁਣ ਉਹ ਕਹਿੰਦੇ ਵੀ ਸਾਡਾ ਵਕਤ 16 ਦਸੰਬਰ ਨੂੰ ਗਿਆ ਸੀ ਜੀ, ਉੜੀਸਾ ਗਵਰਨਮੈਂਟ ਸਹਿਮਤ ਹੋ ਗਈ ਆ ਜੀ। ਉਹਨਾਂ ਨੇ ਜਿਹੜਾ ਆ ਕੇ ਬਿਆਨ ਦਿੱਤਾ ਉਹ ਇੰਨਾ ਹਾਈਲਾਈਟ ਨਹੀਂ ਹੋਇਆ, ਜਿਹੜੇ ਬੈਂਸ ਉੱਥੇ ਗਏ ਆ ਜੀ ਉੱਥੋਂ
ਜਾ ਕੇ ਲਾਈਵ ਹੋਏ, ਸਾਰਾ ਕੁਛ ਹੋਇਆ, ਉਹ ਜਿਹੜਾ ਹਾਈਲਾਈਟ ਥੋੜ੍ਹਾ ਜਿਹਾ ਵੱਧ ਹੋ ਗਿਆ ਜੀ। ਪਰ ਜਿਹੜੇ ਸਿੱਖ ਹਲਕੇ ਨੇ ਜੀ, ਉਹਨਾਂ ਦੇ ਗੱਲ ਇਹ ਹਜ਼ਮ ਨਹੀਂ ਆਉਂਦੀ ਵੀ ਕਿ ਸਰਕਾਰ ਐਡੀ ਛੇਤੀ ਦੇਖੋ ਉਹ ਜਿਹੜੀ ਯਾਦਗਾਰ ਢਾਈ ਆ ਉਹ ਸਿੱਖਾਂ ਨੂੰ ਸੰਪੂਰਨ ਨੂੰ ਤਿਆਰ ਹੋ ਜਾਵੇਗਾ। ਬਿਲਕੁਲ, ਹੁਣ ਦੋਨਾਂ ਧਿਰਾਂ ਨੂੰ ਚਾਹੀਦਾ ਵੀ ਜੇ ਕੁਛ ਉਡੀਕਸਾ ਸਰਕਾਰ ਨੇ ਤੁਹਾਨੂੰ ਕੋਈ ਲਿਖਤੀ ਭਰੋਸਾ। ਬਿਲਕੁਲ ਗਲਤ ਹੈ, ਜੇ ਕੋਈ ਲਿਖਤੀ ਸਮਝੌਤਾ ਹੋਇਆ ਉਹ ਤੁਸੀਂ ਕਾਂਗਰਸ ਸਾਹਮਣੇ ਰੱਖੋ, ਸਾਹਮਣੇ ਰੱਖੋ, ਦੋਨੇ ਧਿਰਾਂ ਹੀ ਰੱਖੋ, ਜੇ ਜਿਹਦੇ ਕੋਲ ਹੋਊਗੀ ਅਸੀਂ ਉਹਨੂੰ ਪ੍ਰਵਾਨ ਕਰਾਂਗੇ। ਹਾਂਜੀ, ਹੁਣ ਜਿਵੇਂ ਬਹਿਸ ਲਾਈਵ ਹੋਏ ਸੀਗੇ ਜੀ ਵੀ ਮੀਡੀਆ ਦੇ ਸਾਹਮਣੇ ਜੀ, ਜਿਹੜਾ ਹੋਮ ਸੈਕਟਰੀ ਆ, ਬੀ ਐਂਡ ਆਰ ਦਾ ਸੈਕਟਰੀ ਆ, ਉਹਨਾਂ ਨੇ ਕਿਹਾ ਕਿ ਅਸੀਂ ਆਪਦੇ ਖਰਚੇ ਤੇ ਵੀ ਜੇ ਉਹ ਲਾਈਵ ਹੋਏ ਆ ਘੱਟੋ ਘੱਟ ਉਹਨਾਂ ਨੇ ਕੋਈ ਪ੍ਰੈਸ ਨੋਟ ਵੀ ਜਾਰੀ ਕਰਿਆ ਹੋਣਾ, ਦਿਖਾਓ ਦਿਓ ਬਿਲਕੁਲ, ਜੇ ਉਹਨਾਂ ਨੇ ਕੋਈ ਐਡੇ ਐਡੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਅਫਸਰਾਂ ਨੇ ਤੇ ਉਹ ਕਹਿੰਦੇ ਲੋਕਲ MLA ਵੀ ਸੀ ਜੇ ਐਡੇ ਅਫਸਰਾਂ ਨੇ ਕੋਈ ਪ੍ਰੈਸ ਕਾਨਫਰੰਸ ਕਰੀ ਆ ਤਾਂ ਨੈਚੁਰਲੀ ਆ ਕਿ ਉਹਦਾ ਕੋਈ ਪ੍ਰੈਸ ਨੋਟ ਬਿਲਕੁਲ ਹੋਊਗਾ। ਬਿਲਕੁਲ, ਕੋਈ ਜਿਹੜਾ ਲਿਖਤੀ ਇਹਨਾਂ ਨਾਲ ਐਗਰੀਮੈਂਟ ਹੋਇਆ ਉਹ ਤਾਂ ਦੂਰ ਦੀ ਗੱਲ, ਪ੍ਰੈਸ ਨੋਟ ਤਾਂ ਹੋਣਾ ਹੀ ਚਾਹੀਦਾ। ਬਿਲਕੁਲ, ਉਹੀ ਜੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ, ਮੈਂ ਖੁਦ ਸਰਚ ਮਾਰ ਕੇ ਦੇਖਿਆ ਜੀ, ਕੋਈ ਅਖਬਾਰਾਂ ਦੇ ਵਿੱਚ ਅਖਬਾਰਾਂ ਚ ਕੋਈ ਖਬਰ ਨਹੀਂ ਹੈ, ਕੁਛ ਨਹੀਂ ਹੈ, ਬਿਲਕੁਲ ਕੁਛ ਨਹੀਂ, ਨਾ ਕੋਈ ਦਿੱਲੀ ਦੇ ਅਖਬਾਰਾਂ, ਬਿਲਕੁਲ ਪੰਜਾਬ ਦੇ ਅਖਬਾਰਾਂ ਜਿਹੜਾ ਆਇਆ ਉਹ ਇਹਨਾਂ ਦਾ ਭਰਾਵਾਂ ਨੇ ਜਿਹੜੀ ਜਾਣਕਾਰੀ ਦਿੱਤੀ, ਉਹ ਇਹਨਾਂ ਦਾ ਬਿਆਨ। ਬਿਲਕੁਲ ਬਿਲਕੁਲ, ਸੋ ਹੁਣ ਦੂਜੇ ਪਾਸੇ ਜਿਹੜਾ ਸ਼੍ਰੋਮਣੀ ਕਮੇਟੀ ਆ, ਨਾ ਉਹ ਕੁਛ ਦਿਖਾ ਰਹੀ ਆ, ਸਿਰਫ ਮੂੰਹ ਜ਼ਬਾਨੀ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਅਸੀਂ ਆਹ ਕੀਤਾ ਜੀ, ਅਸੀਂ ਆਹ ਕੀਤਾ, ਪਰੰਤੂ ਜਿਹੜੀ ਗੱਲ ਤੁਸੀਂ ਕੀਤੀ ਆ ਸਭ ਤੋਂ ਵੱਡੀ ਗੱਲ ਤਾਂ ਮਤਲਬ ਸਿੱਖ ਹਲਕਿਆਂ ਦੇ ਵਿੱਚ ਇਹੀ ਆ ਕਿ ਜਗਨਨਾਥਪੁਰੀ ਦਾ ਜਿਹੜਾ ਇੱਕ ਟਰੱਸਟ ਆ, ਔਰ ਉਹ ਟਰੱਸਟ ਆ ਜਿਹੜਾ ਉਹਦੀ ਸਿਆਸੀ ਹੋਂਦ ਵੀ ਆ, ਉਹਦਾ ਮਤਲਬ ਰਾਜਸੀ ਦਬਾਅ ਵੀ ਹੈ, ਸੋ ਉਹ ਟਰੱਸਟ ਮੈਨੂੰ ਨਹੀਂ ਲੱਗਦਾ, ਮੈਂ ਆਪਣੇ ਤੌਰ 'ਤੇ ਜਿਹੜਾ ਮਹਿਸੂਸ ਕਰਦਾ ਕਿ ਇੰਨੀ ਛੇਤੀ ਸਿੱਖਾਂ ਦਾ ਗੁਰਦੁਆਰਾ ਜਿਹੜਾ ਉਹ ਉਸ ਗਲਿਆਰੇ 'ਚ ਬਣਾਉਣ ਦੇ ਲਈ ਉਹ ਕੋਈ ਹਾਮੀ ਭਰੂਗਾ। ਉਹੀ ਆ ਵੀ ਮਤਲਬ ਹਜ਼ਮ ਤਾਂ ਹੁੰਦੇ ਨੇ ਜੇ ਤੇਰਾ ਦਾਅਵਾ ਕਰਦੇ ਆ ਜੀ, ਉਹਦੇ ਜੇ ਕੋਈ ਸਰਕਾਰੀ ਕਾਗਜ਼ ਪੱਤਰ ਆ ਉਹ ਨਸ਼ਰ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਇਹ ਗੱਲ ਠੀਕ ਹੈ ਕਿ ਜੇ ਸਰਕਾਰੀ ਸਾਡੇ ਕੋਲ ਕੁਛ ਸਮਝੌਤਾ ਉਹਨਾਂ ਦਾ ਆ ਜਾਂਦਾ ਤੇ ਅਸੀਂ ਉਸ ਧਿਰ ਦਾ ਧੰਨਵਾਦ ਵੀ ਕਰਾਂਗੇ, ਉਸ ਧਿਰ ਨੂੰ ਜੋ ਕੁਛ ਉਹਨੇ ਉੱਥੇ ਜਾ ਕੇ ਕੰਮ ਕੀਤਾ ਵਾ ਉਹਦੇ ਲਈ ਉਹਨੂੰ ਵਧਾਈਆਂ ਵੀ ਦੇਵਾਂਗੇ, ਪਰੰਤੂ ਜੇ ਇਹ ਸਿਆਸੀ ਸ਼ੋਹਰਤ ਲਈ ਕੀਤਾ ਗਿਆ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਭਾਵਨਾ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਮੰਨਿਆ ਜਾਊਗਾ, ਸੋ ਇਹ ਜਿਹੜਾ ਦੋਨਾਂ ਧਿਰਾਂ ਨੂੰ ਜ਼ਰੂਰ ਕੌਮ ਨੂੰ ਆ ਜਿਹੜਾ ਇਸ ਦੁਬਿਧਾ 'ਚੋਂ ਜ਼ਰੂਰ ਬਾਹਰ ਕੱਢਣਾ ਚਾਹੀਦਾ ਕਿ ਆਖਿਰ ਨੂੰ ਹੋਇਆ ਕੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹ ਗੱਲ ਲੁਕੀ ਤਾਂ ਰਹਿਣੀ ਨਹੀਂ, ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਸਾਹਮਣੇ ਆ ਜਾਣੀ ਆ, ਸੋ ਇਸ ਬਾਰੇ ਆ ਜਿਹੜਾ ਉਹ ਜ਼ਰੂਰ ਆ ਇਹਨਾਂ ਸਾਰਿਆਂ ਨੂੰ ਆ ਜਿਹੜਾ ਉਹ ਗੱਲ ਆ ਜਿਹੜੀ ਉਹ ਸਾਹਮਣੇ ਕਰਨੀ ਚਾਹੀਦੀ ਆ। ਮੰਡਿਆਣੀ ਸਾਹਿਬ ਸਮਾਂ ਜਿਹੜਾ ਉਹ ਇਸ ਵੇਲੇ ਜਿਹੜਾ ਪਹਿਲਾਂ ਹੀ ਆਪਾਂ ਸ਼ਾਇਦ ਅੱਗੇ ਚਲੇ ਗਏ ਹਾਂ, ਪਰੰਤੂ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਸਵਾਲ ਆ ਜਿਹੜਾ ਜ਼ਰੂਰ ਸਾਂਝਾ ਕਰੂੰਗਾ। ਕੱਲ੍ਹ ਮੋਗੇ 'ਚ ਪਹਿਰੇਦਾਰ ਦੀ 18ਵੀਂ ਵਰ੍ਹੇਗੰਢ ਵੀ ਮਨਾਈ ਗਈ ਹੈ ਅਤੇ ਉੱਥੇ ਦੂਜੇ ਪਾਸੇ ਸੁਖਬੀਰ ਬਾਦਲ ਸੀ ਜਿਹੜਾ ਉਹਨੇ ਮਤਲਬ ਉਹ ਰੋਸ ਧਰਨਾ ਜਿਹੜਾ ਕਾਂਗਰਸ ਸਰਕਾਰ ਦੇ ਵਿਰੁੱਧ ਲਾਇਆ ਅਤੇ ਸੁਖਬੀਰ ਬਾਦਲ ਉਸ ਧਰਨੇ 'ਚ ਜਿਸ ਢੰਗ ਤਰੀਕੇ ਦੇ ਨਾਲ ਪੁਲਿਸ ਅਫਸਰਾਂ ਨੂੰ ਧਮਕੀ ਦਿੰਦਾ ਵੀ ਤੁਸੀਂ ਦੇਖ ਲਓ ਅਸੀਂ ਤੁਹਾਨੂੰ ਸਿੱਧੇ ਬਰਖਾਸਤ ਕਰਾਂਗੇ, ਜਿਹੜੇ ਥਾਣੇ 'ਚ ਲੱਗੇ ਹੋ ਉਸੇ ਥਾਣੇ 'ਚ ਹੀ ਬੰਦ ਕਰਾਂਗੇ, ਸੋ ਇਸ ਤਰ੍ਹਾਂ ਦੀਆਂ ਧਮਕੀਆਂ ਨੇ ਜਿਹੜੀਆਂ ਇਹਨਾਂ ਦੇ ਪਿੱਛੇ ਤੁਸੀਂ ਕੀ ਦੇਖਦੇ ਹੋ ਅਤੇ ਇਹਨਾਂ ਦਾ ਪ੍ਰਭਾਵ ਕੀ ਆ, ਅਫਸਰ ਸ਼ਾਹੀ 'ਤੇ ਕੀ ਪ੍ਰਭਾਵ ਪੈਂਦਾ, ਕਾਂਗਰਸ ਸਰਕਾਰ 'ਤੇ ਕੀ ਪ੍ਰਭਾਵ ਪੈਂਦਾ, ਅਕਾਲੀ ਵਰਕਰ ਜਿਹੜੇ ਬਾਦਲ ਦਲ ਦੇ ਉਹਨਾਂ 'ਤੇ ਕੀ ਪ੍ਰਭਾਵ ਪੈਂਦਾ? ਇਹ ਪ੍ਰਭਾਵ ਤਾਂ ਚਲੋ ਆਪਾਂ ਬਾਅਦ 'ਚ ਗੱਲ ਕਰਦੇ ਹਾਂ ਵੀ ਇਹ ਤਾਂ ਸੰਭਵ ਹੋ ਸਕਿਆ ਰਾਜੇ ਦਾ ਇਹਨਾਂ ਨਾਲ ਸਮਝੌਤਾ ਹੋਣ ਕਰਕੇ, ਕੋਈ ਸ਼ੱਕ ਨਹੀਂ ਇਹਦੇ 'ਚ, ਕੋਈ ਸ਼ੱਕ। ਹੁਣ ਤੁਸੀਂ ਦੇਖੋ ਕੱਲ੍ਹ ਦੀ ਗੱਲ ਹੈ, ਇਹ ਤੋਂ ਪਹਿਲਾਂ ਬਠਿੰਡੇ ਦੇ ਆਈ ਜੀ ਨੇ ਧਮਕੀ ਦੇ ਚੁੱਕਿਆ 13 ਨਵਾਂ ਲਾਲ ਕਾਪੀ 'ਚ ਲਿਖ ਲਿਆ, ਬਿਲਕੁਲ ਉਹ ਤੋਂ ਪਹਿਲਾਂ ਮਖੂ ਜਿਹੜੀ
ਆਪਣੇ ਕੌਂਸਲ ਦੀਆਂ ਚੋਣਾਂ ਸੀ ਡੀਐਸਪੀ ਨੂੰ, ਨਹੀਂ ਉਹਦੇ 'ਚ ਪਰਚਾ ਦਰਜ ਹੋਇਆ ਇਹਨਾਂ ਦੇ ਹਲਕਾ ਇੰਚਾਰਜ ਦੇ ਮੰਨੇ 'ਤੇ, ਦੇਖੋ 307 ਦਾ, ਦੇਖੋ ਉੱਥੇ ਇਹਨੇ ਜਲਸਾ ਕਰਿਆ ਮੰਨੇ ਨੂੰ ਕੋਲ ਖੜਾ ਕੇ ਉਹਦਾ ਹੱਥ ਫੜ ਕੇ ਆਪ ਜੀ ਦੀ ਹਿੰਮਤ ਇਹਨੂੰ ਗ੍ਰਿਫਤਾਰ ਕਰਕੇ ਦੋ, 307 ਦਾ ਪਰਚਾ ਜੀ, ਇਹਨਾਂ ਦੇ ਖੁਦ ਦੇ ਪਰਚਾ ਜੀ, ਜਦੋਂ ਇਹਨਾਂ ਨੇ ਹਰੀ ਕੇ ਪੁਲ 'ਤੇ ਧਰਨਾ ਲਾਇਆ ਦੇਖੋ, ਅਤੇ ਜਦੋਂ ਉਹ ਸ਼ਰੇਆਮ ਚੈਲੇਂਜ ਕਰ ਰਿਹਾ ਜੀ ਅਤੇ ਸੀਐਮ ਉਹਨੂੰ ਅਲਾਓ ਕਰ ਰਿਹਾ, ਦੇਖੋ ਅਤੇ ਫਿਰ ਕਾਂਗਰਸਾਂ ਦੇ ਹੌਸਲੇ ਪਸਤ ਹੋਣਗੇ, ਜਿਹੜੇ ਇਹਨਾਂ ਦੇ ਵਰਕਰ ਆ ਉਹਨਾਂ ਦੇ ਹੌਸਲੇ ਬੁਲੰਦ ਹੋਣਗੇ, ਅਤੇ ਜਿਹੜੇ ਪੁਲਿਸ ਅਫਸਰ ਆ ਜੀ ਉਹ ਕਹਿਣਗੇ ਵੀ ਜਦੋਂ ਸੀਐਮ ਹੀ ਨਹੀਂ ਬੋਲਦਾ ਅਸੀਂ ਕੀ ਲੈਣਾ ਜੀ, ਵੇਖੋ ਠੀਕ ਹੈ ਠੀਕ ਹੈ ਜੇ ਆਪਾਂ ਇਹਨੂੰ ਕੁਛ ਨਹੀਂ ਕਹਿੰਦੇ ਜੀ, ਹੁਣ ਜਦੋਂ ਇਹ ਬਾਦਲ ਕੇ ਨੇ ਜੀ ਸੁਖਬੀਰ ਜਾਂ ਮਜੀਠੀ ਆ ਕਿਸੇ ਐਸਐਸਪੀ ਨੂੰ ਫੋਨ ਕਰਦੇ, ਇੱਕ ਪਾਸੇ ਕਾਂਗਰਸੀ ਐਮਐਲਏ ਕਰਦਾ, ਇਹਨਾਂ ਦੀ ਮੰਨੀ ਜਾਂਦੀ ਮੰਨੀ ਜਾਂਦੀ, ਪਰ ਕਾਂਗਰਸੀ ਵਰਕਰ ਦੁਹਾਈ ਦੇ ਚੁੱਕੇ ਆ, ਵਜ਼ੀਰ ਤੱਕ ਦੁਹਾਈ ਦੇ ਚੁੱਕੇ ਆ, ਹੁਣ ਇਹ ਰਾਜੇ ਨੇ ਪੂਰਾ ਜ਼ੋਰ ਲਾਇਆ ਹੈ ਵੀ ਅਗਲੀਆਂ ਇਲੈਕਸ਼ਨਾਂ ਜਿਹੜੀਆਂ ਮੈਂ ਬਾਦਲ ਕੇ ਉਹਨਾਂ ਜਿੱਤਾਂ ਜਿੱਤਾਉਣੀਆਂ ਨੇ, ਵੇਖੋ ਜਹਾਂ ਦੇਖੋ ਹੁਣ ਸਮਾਂ ਕੀ ਦੱਸ, ਜਾਣੀ ਰਾਜੇ ਨੇ ਪੂਰਾ ਜ਼ੋਰ ਲਾਤਾ, ਕੋਈ ਕਸਰ ਨਹੀਂ ਛੱਡੀ ਹੋਈ ਹੈਗੀ ਕਿ ਉਹ ਜਿਹੜਾ ਸਾਰਾ ਮਾਹੌਲ ਤਿਆਰ ਕੀਤਾ ਜਾ ਰਿਹਾ ਕਿ ਬਾਦਲ ਦਾ ਲਾ ਜਿਹੜਾ ਉਹ ਦੁਬਾਰਾ ਪੰਜਾਬ ਦੇ ਵਿੱਚ ਆਪਣੇ ਪੈਰ ਨੇ ਜਿਹੜੇ ਉਹਨਾਂ ਨੂੰ ਮਜ਼ਬੂਤ ਕਰ ਸਕੇ, ਉਹਦੇ ਲਈ ਜਿਹੜਾ ਮੈਦਾਨ ਆ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਆ ਜਿਹੜਾ ਉਹ ਮੁਹੱਈਆ ਕੀਤਾ ਜਾ ਰਿਹਾ, ਸੋ ਦੇਖਾਂਗੇ 2 ਸਾਲ ਦਾ ਸਮਾਂ ਬਾਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਵਾਪਰਦਾ। ਸੋ ਅੱਜ ਅਸੀਂ ਇੱਕ ਜਿਹੜਾ ਬਹੁਤ ਹੀ ਚਿੰਤਾਜਨਕ ਸਵਾਲ ਆ ਜਾਂ ਚਿੰਤਾਜਨਕ ਜਿਹੜੀ ਸਾਡੇ ਸਾਹਮਣੇ ਚੁਣੌਤੀ ਖੜ੍ਹੀ ਹੋ ਗਈ ਹੈ ਸਾਡੀ ਮਾਂ ਬੋਲੀ ਪੰਜਾਬੀ ਨੂੰ ਹਰਿਆਣੇ ਦੇ ਵਿੱਚ, ਉਹਦੇ ਬਾਰੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਅਸੀਂ ਤੁਹਾਡੇ ਸੁਝਾਅ ਤੁਹਾਡੇ ਵਿਚਾਰ ਆ ਜਿਹੜੇ ਉਹ ਜ਼ਰੂਰ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਾਂਝੇ ਕਰੋ, ਅਤੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਤੁਸੀਂ ਆਪਣੇ ਇਰਦ ਗਿਰਦ ਜਿਹੜੇ ਪੰਜਾਬੀ ਪ੍ਰੇਮੀ ਨੇ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਯਤਨ ਵੀ ਕਰੋ। ਵਡਿਆਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਗੰਭੀਰ ਮੁੱਦੇ 'ਤੇ ਜਿਹੜੇ ਤੁਸੀਂ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਕੱਲ੍ਹ ਫਿਰ ਕਿਸੇ ਨਵੇਂ ਮੁੱਦੇ 'ਤੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਆ ਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।